ਸਸਤੇ ਗੱਲ ਜੀ ਮੈਂ ਨਵਰੀ ਸਿਵੀ ਆ ਪ੍ਰੋਗਰਾਮ ਚ ਤੁਹਾਡਾ ਸਵਾਗਤ ਕਰਦਾ ਪਿੱਛੇ ਜੇਕਰ ਰਿਸਰਚ ਸਾਹਮਣੇ ਆਈ ਆ ਕਿ ਇੱਕ ਬੰਦਾ ਸਭ ਤੋਂ ਵੱਧ ਸਮਾਂ ਕਿਸ ਚੀਜ਼ ਨਾਲ ਬਤਾਉਂਦਾ ਹੈ ਜਵਾਬ ਸੀ ਮੋਬਾਈਲ ਪਰ ਕੁਝ ਸਾਲ ਪਹਿਲਾਂ ਜਲਾਲਾਬਾਦ ਦੇ ਇੱਕ ਵਿਅਕਤੀ ਹਰਪ੍ਰੀਤ ਮਹਿਮੀ ਦਾ ਮੋਬਾਈਲ ਚੋਰੀ ਹੋ ਗਿਆ ਮੋਬਾਈਲ ਦੀ ਕੀਮਤ 6500 ਦੇ ਲਗਭਗ ਸੀ ਹਰਪ੍ਰੀਤ ਮਹਿਮੀ ਉਹ ਤੋਂ ਬਾਅਦ ਪੁਲਿਸ ਕੋਲੇ ਜਾਂਦੇ ਆ ਪੁਲਸ انکار ਕਰ ਦਿੰਦੀ ਆ ਕਿ ਨਹੀਂ ਚੋਰੀ ਹੋਇਆ ਜੀ ਇਹਨਾਂ ਤਾਂ ਗੁੰਮਿਆ ਤੁਸੀਂ ਮੰਨ ਲਓ ਹਰਪ੍ਰੀਤ ਮੈਮੀ ਅਦਾਲਤ ਦਾ ਰੋਖ ਅਪਣਾ ਲੈਂਦੇ ਆ 3 ਲੱਖ ਤੋਂ ਉੱਪਰ ਰੁਪਿਆ ਉਹਨਾਂ ਦਾ ਉਸ ਮੋਬਾਈਲ ਦੇ ਲਈ ਲੱਗ ਜਾਂਦਾ ਜਿਹੜੇ ਦੀ ਕੀਮਤ 6500 ਆ ਪਰ ਗੱਲ ਕੱਲੀ ਮੋਬਾਈਲ ਦੀ ਨਹੀਂ ਗੱਲ ਸਾਡੀ ਪੁਲਸ ਦੇ ਵਤੀਰੇ ਦੀ ਆ ਇਹ ਸਿਸਟਮ ਵਰਕ ਕਿਵੇਂ ਕਰਦਾ ਇਸ ਵਿੱਚੋਂ ਅਸੀਂ ਸਮਝ ਸਕਦੇ ਹਾਂ ਹਰਪ੍ਰੀਤ ਮੈਮੀ ਖੁਦ ਸਾਡੇ ਨਾਲ ਆ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਮੇਹਰਬਾਨੀ ਸਰ ਹਾਂ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਉਹ ਮੋਬਾਈਲ ਹੀ ਦਿਖਾ ਦਿਓ ਜਿਹੜਾ ਹੁਣ ਇਹਨਾਂ ਨੂੰ ਮਿਲ ਚੁੱਕਿਆ ਜਿਹੜਾ ਪਹਿਲਾਂ ਪੁਲਿਸ ਦੇ ਮੁਤਾਬਕ ਗੁੰਮ ਗਿਆ ਸੀ ਤੇ ਇਹਨਾਂ ਦੇ ਮੁਤਾਬਕ ਚੋਰੀ ਹੋਇਆ ਸੀ ਤੇ ਇਹ ਹੁਣ ਕਿੰਨੀ ਕੀਮਤ ਹੈ ਜੀ ਇਹਦੀ 6500 ਰੁਪਏ ਸੀ ਕੀਮਤ ਸਰ ਇਹ Samsung ਕੰਪਨੀ ਦਾ ਜੀਵਨ ਮੋਬਾਈਲ ਹੈ ਹੂੰ ਇਹਦੀ ਕੀਮਤ 6500 ਰੁਪਏ ਸੀ ਜਿਸ ਟਾਈਮ ਮੈਂ ਖਰੀਦਿਆ ਸੀ ਤੇ ਕਹਾਣੀ ਕੀ ਬਣੀ ਸੀ ਸਰ ਹੂੰ ਦੱਸੋ ਇਹ ਮਿਨੇ 2015 ਸਾਲ ਦੀ ਗੱਲ ਹੈ ਹੂੰ ਇਹੀ ਮੋਬਾਈਲ ਮੇਰੀ ਦੁਕਾਨ ਤੋਂ ਮੇਰੇ ਆਫਿਸ ਤੋਂ ਚੋਰੀ ਹੋ ਗਿਆ ਠੀਕ ਹੈ ਜਿਸ ਦੀ ਮੈਂ ਇੱਕ ਰਿਟਰਨ ਚ ਕੰਪਲੇਂਟ ਰਜਿਸਟਰ ਡਾਕ ਰਾਹੀਂ ਥਾਣਾ ਸਿਟੀ ਜਲਾਲਾਬਾਗ ਨੂੰ ਦਿੱਤੀ ਹੂੰ ਜਿਹੜੀ ਕਿ 21 ਤਰੀਕ ਨੂੰ 10ਵੇਂ ਮਹੀਨੇ 2015 ਵਿੱਚ ਉੱਥੇ ਪਹੁੰਚਦੀ ਹੈ 23 ਤਰੀਕ ਨੂੰ ਮੈਂ ਥਾਣਾ ਸਿਟੀ ਚ ਜਾਣਾ ਹੂੰ ਤੇ ਆਪਣੇ ਚੋਰੀ ਹੋਏ ਮੋਬਾਈਲ ਦੀ ਜਿਹੜੀ ਹੈ ਨਾ ਐਫ ਆਈ ਆਰ ਦੀ ਮੈਂ ਉਹਨਾਂ ਕੋਲ ਮੰਗ ਕਰਦਾ ਮਤਲਬ ਹੁਣ ਮੈਂ ਇਹਨੂੰ ਸਿੰਪਲ ਪੰਜਾਬੀ ਚ ਕਰਦਾ ਥੋੜਾ ਮੋਬਾਈਲ ਤੁਹਾਡੀ ਦੁਕਾਨ ਤੋਂ ਚੋਰੀ ਹੋ ਗਿਆ ਤੁਸੀਂ ਪੁਲਿਸ ਕੋਲੇ ਗਏ ਵੀ ਜਾਓ ਜੀ ਵੀ ਤੁਸੀਂ ਇਹਦੀ ਐ ਐਫ ਆਈ ਆਰ ਲਿਖੋ ਕਿ ਮੇਰਾ ਮੋਬਾਈਲ ਚੋਰੀ ਹੋ ਗਿਆ ਹਾਂਜੀ ਪੁਲਿਸ ਦਾ ਜਵਾਬ ਕੀ ਸੀ ਪੁਲਿਸ ਦਾ ਜਵਾਬ ਸੀ ਐ ਮੈਂ ਐਸ ਐਚ ਨੂੰ ਮਿਲਿਆ ਐਸ ਐਚ ਦਾ ਜਵਾਬ ਸੀਗਾ ਵੀ ਚੋਰੀ ਦੀ ਬਜਾਏ ਅਸੀਂ ਗੁੰਮਸ਼ੁਦਗੀ ਕਰ ਦਿੰਨੇ ਆ ਤੂੰ ਆਪਣੇ ਸਿਮ ਲੈ ਕੇ ਤੇ ਨਵਾਂ ਉਹਦਾ ਮੋਬਾਈਲ ਸਿਮ ਲੈ ਕੇ ਕੰਮ ਸ਼ੁਰੂ ਕਰੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਰ ਮੇਰਾ ਮੋਬਾਈਲ ਗੁੰਮ ਨਹੀਂ ਹੋਇਆ ਮੇਰਾ ਚੋਰੀ ਹੋਇਆ ਤੇ ਮੈਨੂੰ ਚੋਰੀ ਦੀ ਹੀ ਰਪੋਰਟ ਚਾਹੀਦੀ ਹੂੰ ਬੜੇ ਹੈਰਾਨੇ ਵਾਲੀ ਜਾਇ ਬੜਾ ਉਹਨਾਂ ਨੇ ਜਵਾਬ ਦਿੱਤਾ ਹੈਰਾਨੀਕੁਨ ਕਹਿੰਦੇ ਜੇ ਇਸ ਤਰ੍ਹਾਂ ਪੁਲਿਸ ਲੋਕਾਂ ਦੇ ਮੋਬਾਈਲ ਲੱਭਣ ਲੱਪੇ ਹੂੰ ਜੇ ਚੋਰੀ ਦੀ ਰਿਪੋਰਟ ਅਰਜ਼ੀ ਕਰਨਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ 10 ਮੋਬਾਈਲ ਚੋਰੀ ਹੁੰਦੇ ਲੋਕਾਂ ਦੇ ਪੁਲਿਸ ਦਾ ਲੋਕਾਂ ਨੂੰ ਮੋਬਾਈਲ ਹੀ ਲੱਭੂਗੀ ਪੁਲਿਸ ਕੋਲ ਤਾਂ ਹੋਰ ਕੋਈ ਕੰਮ ਹੀ ਨਹੀਂ ਰਹੂਗਾ ਠੀਕ ਹੈ ਇਹ ਜਵਾਬ ਤੋਂ ਮੈਂ ਸੰਤੁਸ਼ਟ ਨਹੀਂ ਸੀ ਫਿਰ ਉਸ ਤੋਂ ਬਾਅਦ ਇਸ ਐਸਐਚਓ ਦੇ ਇਸ ਰੁਪਈਏ ਦੇ ਪ੍ਰਤੀ ਮੈਂ ਮਾਨਯੋਗ ਅਦਾਲਤ ਐਸਡੀਜਮ ਸ਼੍ਰੀ ਕਪਲਦੇਵ ਸਿੰਘ ਰਾ ਦੀ ਅਦਾਲਤ ਵਿੱਚ ਇੱਕ ਅਪਲੀਕੇਸ਼ਨ ਮੂਵ ਕੀਤੀ ਮਾਨ ਜੋ ਅਦਾਲਤ ਨੇ ਮੇਰੀ ਐਪਲੀਕੇਸ਼ਨ ਤੇ ਕਾਰਵਤ ਕਾਰਵਾਈ ਕਰਦਿਆ ਸੀ ਉਹੀ ਐਪਲੀਕੇਸ਼ਨ ਨੂੰ ਮੂਹਰੂਪ ਚ ਥਾਣੇ ਭੇਜਿਆ ਜਾਂਦਾ ਤੇ ਐਸਐਚਓ ਨੂੰ ਉਹਦੇ ਤੇ ਜੋ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਂਦੇ ਤੇ ਕਾਰਵਾਈ ਹੋਈ ਫਿਰ ਐਸਐਚਓ ਨੇ ਕੀਤੀ ਸਰ ਕਾਰਵਾਈ ਉਹ ਤੇ ਮੈਂ ਦੱਸਦਾ ਕੀ ਕੀਤੀ ਜੇ ਜਦੋਂ ਉਹ ਐਪਲੀਕੇਸ਼ਨ ਮੇਨ ਜਦੋਂ ਉਹੀ ਜਿਹੜੀ ਐਪਲੀਕੇਸ਼ਨ ਥਾਣੇ ਜਾਂਦੀ ਹੈ ਤਾਂ ਉਹਦੇ ਚ ਐਸਐਚਓ ਆਪਣੀ ਹੈਟੀ ਸਮਝਦਾ ਵੇ ਮੈਂ ਜਿਹੜੇ ਬੰਦੇ ਨੂੰ ਇਨਕਾਰੀ ਕੀਤੀ ਸੀ ਵੀ ਮੈਂ ਚੋਰੀ ਦੀ ਐਫਆਈਆਰ ਨਹੀਂ ਦਰਜ ਕਰਨੀ ਉਹ ਹੀ ਬੰਦਾ ਥਾਣੇ ਕੋਰਟ ਚ ਜਾ ਕੇ ਮਾਨਜੁਕ ਅਦਾਲਤ ਕੋਲ ਮੇਰੇ ਡਾਇਰੈਕਸ਼ਨ ਕਰਾ ਲੈ ਉਹਦੇ ਕੀ ਹੋਇਆ ਇੱਕ ਐਸਐਚਓ ਵੱਲੋਂ ਇੱਕ ਝੂਠੀ ਪੜਤਾਲ ਕਰਵਾਈ ਗਈ ਜੀ ਵਿੱਚ ਪੜਤਾਲੀ ਅਫਸਰ ਇਹ ਲਿਖਦਾ ਵੀ ਮੈਂ ਮੌਕੇ ਤੇ ਜਾ ਕੇ ਦੋ ਪੁਲਿਸ ਕਰਮਚਾਰੀ ਨਾਲ ਲੈ ਲੈ ਉਹਨੇ ਆਪਣੇ ਥਾਣੇ ਚੋਂ ਉਹਨੇ ਕਿਹਾ ਲਿਖਿਆ ਵੀ ਮੈਂ ਮੌਕੇ ਜਾ ਕੇ ਪੜਤਾਲ ਕੀਤੀ ਪੜਤਾਲ ਦੇ ਦਰਮਿਆਨ ਜਿਹੜਾ ਇਹਦਾ ਮੋਬਾਈਲ ਚੋਰੀ ਹੋਣ ਦੀ ਬਜਾਏ ਗੁੰਮ ਹੋਣਾ ਪਾਇਆ ਗਿਆ ਇਸ ਕਰਕੇ ਵੀ ਐਫਆਈਆਰ ਹੀ ਨਹੀਂ ਕੀਤੀ ਨਹੀਂ ਮੈਂ ਇੱਕ ਆਰਟੀ ਐਕਟਿਵਿਸਟ ਆ ਆਰਟੀ ਤਹਿਤ ਮੈਂ ਉਹ ਪੜਤਾਲਪੋਰਟ ਦੀ ਕਾਪੀ ਲਈ ਜਦੋਂ ਮੇਰੇ ਕੋਲ ਪੜਤਾਲ ਰਿਪੋਰਟ ਦੀ ਕਾਪੀ ਸਾਹਮਣੇ ਆਈ ਜਦੋਂ ਉਹਨੂੰ ਮੈਂ ਪੜਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਇਸ ਤਰ੍ਹਾਂ ਵੀ 21 ਤਰੀਕ ਨੂੰ ਮੇਰੀ ਥਾਣੇ ਦਰਖਾਸਤ ਜਾਂਦੀ ਪੜਤਾਲ 19 ਤਰੀਕ ਨੂੰ ਹੋ ਜਾਂਦੀ ਇਹ ਹੈਰਾਨ ਹਾਂ ਮਤਲਬ ਦੋ ਦਿਨੋਂ ਤੋਂ ਪਹਿਲਾਂ ਹੀ ਪੁਲਿਸ ਕਹਿੰਦੀ ਵੀ ਅਸੀਂ ਇਨਕੁਆਇਰੀ ਕਰ ਲਈ ਹਾਂ ਇਹ ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਹੋਈ ਵੀ ਇਹ ਕਿਵੇਂ ਹੋ ਗਿਆ ਵੀ 21 ਤਰੀਕ ਨੂੰ ਜਿਹੜੀ ਥਾਣੇ 'ਚ ਦਰਖਾਸਤ ਪਾਉਂਦੀ ਉਹਦੀ ਪੜਤਾਲ 19 ਚ ਜਾਨੀ 2 ਦਿਨ ਕਿਵੇਂ ਪਹਿਲਾਂ ਇਹ ਮੇਰੇ ਵਾਸਤੇ ਬੜੀ ਹੈਰਾਨੀ ਦੀ ਗੱਲ ਸੀ ਕਹਿੰਦੇ ਨਾ ਪੁਲਿਸ ਪੰਜਾਬ ਦੀ ਜਾਨੀ ਜਾਣਾ ਹੈ ਕਹਿੰਦੇ ਨਾ ਹਾਂ ਬਿਲਕੁਲ ਬਿਲਕੁਲ ਮੈਨੂੰ ਤਾਂ ਐ ਲੱਗਿਆ ਵੀ ਬਹੁਤ ਬਹੁਤ ਜ਼ਿਆਦਾ ਐਡਵਾਂਸ ਸੀ ਮੇਰੇ ਮੇਰੇ ਮਸਲੇ ਐਡਵਾਂਸ ਹੋ ਗਈ ਮੈਂ ਵੀ ਨਾ ਕਦੇ ਸੁਣਿਆ ਸੀ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਪਤਾ ਹੁੰਦਾ ਵੀ ਕਿੱਥੇ ਕੀ ਕੁਝ ਹੋਊਗਾ ਪੁਲਿਸ ਵਾਲਿਆਂ ਦਾ ਇੱਕ ਕਾਫੀ ਚੁਟਕਲਾ ਮਸ਼ਹੂਰ ਹੋਇਆ ਸੀ ਉਹ ਤੁਹਾਡੇ ਕੇਸ ਚ ਉਹ ਉਹਦੇ ਮੈਨੂੰ ਲੱਗੋ ਲੱਗ ਵੀ ਹੋਈ ਇਹ ਗੱਲ ਹਾਂ ਅੱਛਾ ਫੇਰ ਕੀ ਹੋਇਆ ਹੁੰਦਾ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਪੁਲਿਸ ਇਤੇ ਬਈ ਇੰਨੇ ਰਫਾ-ਦਾਫਾ ਕਰਨ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਨੂੰ ਲੈ ਕੇ ਮੈਂ ਮਾਨਯੋਗ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਮਾਨਯੋਗ ਹਾਈ ਕੋਰਟ ਨੇ ਮੇਰੀ ਰਿਟ ਪਟੀਸ਼ਨ ਤੇ ਫੈਸਲਾ ਕਰਦੇ ਹੋਏ ਥਰਡਲੀ ਜਿਹੜੀ ਲੋਕਲ ਹੀ ਅਦਾਲਤ ਹੈ ਉਹਨਾਂ ਨੂੰ ਡਾਇਰੈਕਸ਼ਨਾਂ ਜਾਰੀ ਕਰ ਦਿੱਤੇ ਜਿਹੜੀ ਇਸ ਕੇਸ ਦੀ ਜਿਹੜੀ ਹੈ ਇਹ ਲੋਕਲ ਜਿਹੜੀ ਅਦਾਲਤ ਐਸ ਡੀ ਜੀਐਮ ਦੀ ਕੇਸ ਦੀ ਮੋਨਿਟਰਿੰਗ ਕਰੇ ਔਰ ਪੁਲਿਸ ਨੂੰ ਕਹੇ ਵੀ ਇਤੇ ਕਾਰਵਾਈ ਕਰੇ ਅਗਰ ਪੁਲਿਸ ਨਹੀਂ ਕਾਰਵਾਈ ਕਰਦੀ ਇਸ ਨੂੰ ਕੰਪਲੇਂਟ ਕਰ ਇਸ ਮੰਦੇ ਹੋਏ ਤੇ ਇਤੇ ਕਾਰਵਾਈ ਕੀਤੀ ਜਾਵੇ ਜੀ ਜਦੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਡਾਇਰੈਕਸ਼ਨ ਹੋਇਆ ਡਾਇਰੈਕਸ਼ਨਸ ਹੋਇਆ ਡਾਇਰੈਕਸ਼ਨ ਤੋਂ ਬਾਅਦ ਮਤਲਬ ਚੋਰੀ ਹੋਣ ਤੋਂ ਲੈ ਕੇ 11 ਮਹੀਨਾ ਬਾਅਦ ਮੇਰੇ ਮੋਬਾਈਲ ਦੀ ਜਿਹੜੀ ਹੈ ਨਾ ਰਪੜ ਦਰਜ ਕੀਤੀ ਗਈ ਤੁਸੀਂ ਅਦਾਲਤ ਕੇ ਅਦਾਲਤ ਦੇ ਦਖਲ ਤੋਂ ਬਾਅਦ ਚੋਰੀ ਹੋਣ ਦੀ ਜਿਹੜੀ ਰਿਪੋਰਟ ਹੈ ਉਹ ਲਿਖੀ ਗਈ ਹੈ ਅਣਪਛਾਤੇਆਂ ਦੇ ਖਿਲਾਫ ਦਰਜ ਕਰ ਦਿੱਤੀ ਗਈ ਠੀਕ ਹੈ ਅਗਲਾ ਕਦਮ ਉਸ ਤੋਂ ਬਾਅਦ ਕੀ ਜਦੋਂ ਮੈਂ ਦੇਖਿਆ ਵੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਹੋਈ ਮੈਂ ਮਾਨਯੋਗ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਮਿਲਿਆ ਉਹਨਾਂ ਨੂੰ ਮੈਂ ਆਪਣੀ ਸਾਰੀ ਗੱਲ ਦੱਸੀ ਵੀ ਕੀ ਚੋਰੀ ਦੀ ਰਪਰਡ ਦਰਜ ਕਰਵਾਉਣ ਵਾਸਤੇ ਹਰ ਇੱਕ ਬੰਦੇ ਨੂੰ ਹਾਈ ਕੋਰਟ ਦਾ ਹੀ ਸਹਾਰਾ ਲੈਣਾ ਪਊਗਾ ਜੇ ਅੱਜ ਮੈਂ ਹਾਈ ਕੋਰਟ ਚ ਚਲਾ ਗਿਆ ਹਾਈ ਕੋਰਟ ਦੇ ਹੁਕਮਾਤੇ 11 ਮਹੀਨੇ ਬਾਅਦ ਜਿਹੜਾ ਪਰਦਰਜ ਹੋਗੀ ਜਿਹੜੇ ਅਧਿਕਾਰੀਆਂ ਨੇ ਮੇਰੀ ਰਪਰਡ ਨਹੀਂ ਦਰਜ ਕੀਤੀ ਚੋਰੀ ਦੀ ਉਹਨਾਂ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾਏ ਮਾਂ ਜੋ ਡਾਕਟਰ ਸਾਹਿਬ ਨੇ ਜਿਹੜੀ ਮੇਰੇ ਕੇਸ ਦੀ ਜਿਹੜੀ ਪੜਤਾਲ اے ਆਈ ਜੀ ਕ੍ਰਾਈਮ ਬਠਿੰਡਾ ਤੋਂ ਕਰਵਾਈ اے ਆਈ ਜੀ ਕ੍ਰਾਈਮ ਨੇ ਜੋ ਪੜਤਾਲ ਦਿੱਤੀ ਹੈ ਉਹਦੇ ਵਿੱਚ ਇਹ ਲਿਖਿਆ ਵੀ ਤਿੰਨ ਬੰਦੇ ਜਿਹੜੇ ਹੈ ਇਹਨਾਂ ਨੇ ਇਹਦੇ ਵਿੱਚ ਇਹਨਾਂ ਨੂੰ ਲਾਪਰਵਾਹੀ ਵਰਤੀ ਜਿਹਦੇ ਵਿੱਚ ਇੰਸਪੈਕਟਰ ਜਸਵੰਤ ਸਿੰਘ ਇਹ ਆਪਣੇ ਭਜਨ ਸਿੰਘ ਜਿਹੜਾ ਹੈ ਮੁੰਸੀ ਸੀ ਮੌਕੇ ਦਾ ਉਹ ਤਫਸੀਸੀ ਕਸ਼ਮੀਰ ਸਿੰਘ ਉਹਨਾਂ ਨੇ ਆਪਣੇ ਰਿਪੋਰਟ ਸਪਸ਼ਟ ਲਿਖਿਆ ਜਦੋਂ ਪ੍ਰਾਰਥੀ ਦੀ ਅਪਲੀਕੇਸ਼ਨ ਇਹਦੇ ਕੋਲ ਥਾਣੇ ਤੱਕ ਪਹੁੰਚੀ ਹੈ ਪੁਲਸ ਨੂੰ ਚਾਹੀਦਾ ਸੀ ਵੀ ਇਹਦੀ ਇੱਕ ਰੱਪੜ ਦਰਜ ਕਰ ਦੇ ਨਾਲ ਦੇ ਥਾਣੇ ਚ ਇਤਲਾਹ ਕਰਦੀ ਪਲੱਸ ਇਹਦੇ ਮੋਬਾਈਲ ਦੀ ਟ੍ਰੇਸਿੰਗ ਲਗਾਣੇ ਅਜਿਆ ਕੁਝ ਵੀ ਨਾ ਕਰਕੇ ਪੁਲਸ ਨੇ ਇੱਕ ਆਪਣੇ ਕੰਮ ਵਿੱਚ ਆਪਣੀ ਡਿਊਟੀ ਵਿੱਚ ਇੱਕ ਵੱਡੀ ਕੁਤਾਈ ਵਰਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਡਿਸਟ੍ਰਿਕਟ ਫਾਈਲ ਕਰ ਐਸਐਸਪੀ ਨੂੰ ਲਿਖ ਦਿੱਤਾ ਵੀ ਇਹਨਾਂ ਵਿਰੁੱਧ ਜਿਹੜੀ ਇਹਨਾਂ ਨੇ ਲਾਪਰਵਾਹੀ ਕੀਤੀ ਇਹਦੇ ਵਿਰੁੱਧ ਇਹਨਾਂ ਵਿਰੁੱਧ ਜਿਹੜੀ ਹੈ ਵਿਭਾਗੀ ਕਾਰਵਾਈ ਆਰੰਭੀ ਠੀਕ ਹੈ ਉਹਨਾਂ ਤੇ ਕਾਰਵਾਈ ਹੋਈ ਫਿਰ ਕੀ ਹੋਈ ਜਦੋਂ ਇਹ ਜਿਹੜੀ ਹੈ ਵਿਭਾਗੀ ਕਾਰਵਾਈ ਐਸਐਸਪੀ ਫਾਈਲ ਕਾ ਜੁਮੇ ਸੌਂਪੀ ਗਈ ਇਹ ਪੜਤਾਲ ਦੇ ਦਰਮਿਆਨ ਜਿਹੜੇ ਇਨਸਪੈਕਟਰ ਜਸਵੰਤ ਸਿੰਘ ਸੀ ਉਹਨਾਂ ਦੀ ਬਦਲੀ ਮੋਗਾ ਹੋਗੀ ਉਹ ਜਿਹੜੀ ਹੈ ਵਿਭਾਗੀ ਪੜਤਾਲ ਡਿਸਟ੍ਰਿਕਟ ਮੋਗਾ ਦੇ ਐਸਐਸਪੀ ਕੋਲ ਚਲੇਗੀ ਦੋ ਜਣਿਆਂ ਦੀ ਜਿਹੜੀ ਪੜਤਾਲ ਹੈਗੀ ਉਹ ਐਸਐਸਪੀ ਫਾਈਲ ਕਾ ਵੱਲੋਂ ਕੀਤੀ ਗਈ ਔਰ ਇੱਕ ਜਣੇ ਦੀ ਜਿਹੜੀ ਪੜਤਾਲ ਵਿਭਾਗੀ ਐਸਐਸਪੀ ਮੋਗਾ ਵੱਲੋਂ ਕੀਤੀ ਠੀਕ ਹੈ ਇੱਕ ਹੁੰਦਾ ਪੀਪੀਆ ਪੰਜਾਬ ਪੁਲਿਸ ਰੂਲ ਦੇ ਤਹਿਤ ਇੱਕ ਨਿਸ਼ਚਿਤ ਸਮੇਂ ਵਿੱਚ ਇਹ ਪਰਤਾਲ ਹੋਣੀ ਚਾਹੀਦੀ ਸੀ ਇਹ ਨਿਸ਼ਚਿਤ ਸਮੇਂ ਤੋਂ ਇਹਨਾਂ ਨੇ ਲੇਟ ਕਰਦੇ ਰਹੇ ਡਿਲੇ ਕਰਦੇ ਰਹੇ ਕਿੰਨੀ ਦੇਰ ਉਸ ਤੋਂ ਬਾਅਦ ਮੈਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰਤਾਲ ਰਿਪੋਰਟ ਉਸ ਤੋਂ ਬਾਅਦ ਮੈਂ ਪਰਤਾਲ ਰਿਪੋਰਟ ਦੇ ਮੰਗ ਕੀਤੀ ਇਹ ਪੁਲਿਸ ਟਾਲ ਮਟੋਲ ਕਰਦੀ ਰਹੀ ਉਸ ਤੋਂ ਬਾਅਦ ਮੈਂ ਆਰਟੀਏ ਤਹਿਤ ਇੱਕ ਮੈਂ ਜਿਵੇਂ ਪਹਿਲਾਂ ਦੱਸ ਚੁੱਕਾ ਮੈਂ ਇੱਕ ਆਰਟੀਏ ਐਕਟਿਵਿਸਟ ਹਾਂ ਆਰਟੀਏ ਤਹਿਤ ਇੱਕ ਮੈਂ ਐਪਲੀਕੇਸ਼ਨ ਮੂਵ ਕੀਤੀ ਜਦੋਂ ਮੈਂ ਐਪਲੀਕੇਸ਼ਨ ਮੂਵ ਕੀਤੀ ਜਿਹੜਾ ਪੀਆਈਓ ਫਾਈਲ ਕਾ ਸ੍ਰੀ ਵਿਨੋਚ ਚੋਧਰੀ ਐਸਪੀ ਹੈੱਡਕੁਆਰਟਰ ਉਸ ਟਾਈਮ ਤੇ ਨਾ ਸੀ ਉਹਨਾਂ ਨੇ ਗਲਤ ਇਤਰਾਜ਼ਾਂ ਤਹਿਤ ਜਿਹੜੀ ਮੇਰੀ ਇਨਫੋਰਮੇਸ਼ਨ ਰੋਕ ਦਿੱਤੀ ਇਤਰਾਜ਼ ਇਹ ਲਗਾਏ ਗਏ ਮੈਂ ਥੋੜਾ ਫੇਰ ਹਣਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਿੱਧੀ ਗੱਲ ਹੈ ਕਿ ਸਾਡੇ ਜਿਹੜੇ ਸੁਣਨ ਆਲੇ ਆ ਜਾਂ ਦੇਖਣ ਆਲੇ ਹਨਾ ਅਸੀਂ ਉਹਨਾਂ ਨੂੰ ਬੜੀ ਸੌਖੀ ਭਾਸ਼ਾ ਚ ਇਹ ਗੱਲ ਸਮਝਾਉਣੇ ਆ ਮੋਬਾਈਲ ਚੋਰੀ ਹੁੰਦਾ ਠੀਕ ਪੁਲਿਸ ਐਫ ਆਈ ਆਰ ਹੈ ਜਿਹੜੀ ਉਹਨੇ ਹੀ ਲਿਖਦੀ ਵੀ ਚੋਰੀ ਨਹੀਂ ਹੋਇਆ ਅਦਾਲਤ ਚ ਤੁਸੀਂ ਚਲੇ ਜਾਨੇ ਹੋ ਅਦਾਲਤ ਕਹਿੰਦੀ ਵੀ ਇਹਦੀ ਰਿਪੋਰਟ ਬੰਦੇ ਦੀ ਲਿਖੀ ਜਾਵੇ ਇਹ ਤੇ ਪਹਿਲਾਂ ਤਾਂ ਜੋ ਕਾਰਵਾਈ ਹੋਵੇ ਹਨਾ ਪੈ ਸੜੀ ਅਦਾਲਤ ਦੇ ਜੋ ਕਾਰਵਾਈ ਤੇ ਤਵਦੀਸ਼ ਕਰੋ ਇਹਦੀ ਹਨਾ ਤਵਦੀਸ਼ ਦੇ ਵਿੱਚ ਐਸ ਐਚਓ ਆ ਜਿਹੜਾ ਉਹ ਕਹਿ ਦਿੰਦਾ ਕਿ ਅਸੀਂ ਗਏ ਸੀਗੇ ਸਾਡੀ ਟੀਮ ਗਈ ਸੀ ਉਹ ਅਸਲ ਦੇ ਵਿੱਚ ਮੋਬਾਈਲ ਇਹਦਾ ਬਾਕੀ ਗੁੰਮੀ ਹੋਇਆ ਬੰਦੇ ਦਾ ਇਹਦਾ ਚੋਰੀ ਕੁਛ ਨਹੀਂ ਹੋਇਆ ਚੋਰੀ ਨਹੀਂ ਹੋਇਆ ਪਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਜਦੋਂ ਤੁਸੀਂ ਪੁਲਿਸ ਕੋਲੇ ਗਏ ਉਹ ਤੋਂ 2 ਦਿਨ ਪਹਿਲਾਂ ਹੀ ਪੂਰੀ ਹੋ ਰਹੀ ਸੀ ਪਹਿਲਾਂ ਠੀਕ ਹੈ ਇਹ ਤੇ ਤੁਸੀਂ ਫਿਰ ਅਦਾਲਤ ਦੇ ਵਿੱਚ ਅੱਗੇ ਹਾਈ ਕੋਰਟ ਚ ਗਿਆ ਹਾਈ ਕੋਰਟ ਚ ਚਲੇ ਜਾਣਾ ਹਾਈ ਕੋਰਟ ਉਹ ਤੇ ਅੱਗੇ ਫੇਰ ਅੱਗੇ ਜਾਂਚ ਦੇ ਲੁਕ ਲੁਕ ਜਿਹੜੀ ਅਦਾਲਤ ਤੇ ਮੈਂ ਥੱਲੇ ਗਿਆ ਸੀ ਨਾ ਹਾਂ ਉਹ ਉਸੇ ਅਦਾਲਤ ਨੂੰ ਡੈਕਸ਼ਨ ਦਿੰਦੇ ਵੀ ਇਸ ਕੇਸ ਦੀ ਮੋਨਿਟਰਿੰਗ ਕੀਤੀ ਜਾਵੇ ਮੋਨਿਟਰਿੰਗ ਕਰੋ ਮੋਨਿਟਰਿੰਗ ਫਿਰ ਅਦਾਲਤ ਮਤਲਬ ਸਿੱਧੇ ਤੌਰ ਤੇ ਇਸ ਕੇਸ ਨੂੰ ਹੈਂਡਲ ਕਰ ਦੇ ਹੈਂਡਲ ਕਰ ਦੇ ਠੀਕ ਹੈ ਉਹਦੇ ਵਿੱਚ ਫਿਰ ਜਾਂਚ ਅਧਿਕਾਰੀਆਂ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਵੀ ਜਾਂਚ ਸ਼ੁਰੂ ਹੁੰਦੀ ਹੈ ਨਹੀਂ ਉਹ ਉਹ ਜਦੋਂ ਮੋਨੀਟਰਿੰਗ ਸ਼ੁਰੂ ਹੁੰਦੀ ਹੈ ਲੋਕਲ ਕੋਰਟ ਉਹਨਾਂ ਨੂੰ ਕਹਿੰਦੀ ਹੈ। ਉਹ ਲੋਕਲ ਜਿਹੜਾ ਹੈ ਉਹ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਜਿਹੜਾ ਹੈ ਮੁਕੱਦਮਾ ਦਰਜ ਹੋ ਜਾਂਦਾ ਅਣਪਛਾਤੇ ਲੋਕਾਂ ਦਾ। ਚਲੋ ਚਲੋ ਉਹ ਸਾਰਾ ਹੋ ਗਿਆ ਹਨਾ ਅਣਪਛਾਤੇਆਂ ਦੇ ਮੁਕੱਦਮਾ ਤੁਹਾਡਾ ਦਰਜ ਹੋ ਜਾਂਦਾ। ਦਰਜ ਹੋ ਗਿਆ ਐਫ ਆਈ ਆਰ ਫਿਰ ਉਹ ਜਿਹੜੇ ਅਧਿਕਾਰੀ ਹੈ ਉਹਨਾਂ ਦੀ ਜਾਂਚ ਖੋਲ੍ਹੇ ਜਾਂਦੀ ਹੈ। ਉਹਨਾਂ ਤੋਂ ਉਹਨਾਂ ਦੇ ਖਿਲਾਫ ਮੈਂ ਇਹ ਆਪਣੇ ਡਾਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਮਿਲਦਾ। ਹਮ ਡਾਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੇ ਉਹਨਾਂ ਦੀ ਰਿਪੋਰਟਾਲ اے ਆਈ ਜੀ ਕ੍ਰਾਈਮ ਬਠਿੰਡੇ ਨੂੰ ਦਿੰਦੇ। ਉਹਨਾਂ ਦੀ ਪੜਤਾਲ ਕਰਦਾ ਪੜਤਾਲ ਦੇ ਵਿੱਚ ਤਿੰਨ ਜਣਿਆਂ ਨੂੰ ਦੋਸ਼ੀ ਪਾਉਂਦਾ ਠੀਕ ਹੈ ਦੋਸ਼ੀ ਪਾਉਣ ਦੇ ਨਾਲ-ਨਾਲ ਉਹ ਐਸਐਸਪੀ ਫਾਈਲ ਕਾ ਨੂੰ ਗਾਂਸ਼ਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਔਰ ਰਿਪੋਰਟ ਤੁਹਾਨੂੰ ਨਹੀਂ ਮਿਲਦੀ ਨਹੀਂ ਮਿਲਦੀ ਤੁਸੀਂ ਅਦਾਲਤ ਜਾਨੇ ਹੋ ਫਿਰ ਉਹਨੂੰ ਨਹੀਂ ਉਸ ਤੋਂ ਬਾਅਦ ਮੈਂ ਆਰਟੀਆਈ ਤੇ ਐਪਲੀਕੇਸ਼ਨ ਮੂਵ ਕਰਦਾ ਠੀਕ ਹੈ ਫਿਰ ਤੁਹਾਨੂੰ ਕੀ ਆਰਟੀਆਈ ਦੇ ਜ਼ਰੀਏ ਇਨਫੋਰਮੇਸ਼ਨ ਜਿਹੜੇ ਵਿਨੋਦ ਚੋਧਰੀ ਉਹ ਆਬਜੈਕਸ਼ਨ ਲਾ ਦਿੰਦੇ ਹੈਗੇ ਵੀ ਇਹ ਉਹਨਾਂ ਦੀ ਨਿੱਜੀ ਜਾਣਕਾਰੀ ਅਸੀਂ ਦੇ ਨਹੀਂ ਸਕਦੇ ਠੀਕ ਹੈ ਉਹ ਜਿਹੜਾ ਆਬਜੈਕਸ਼ਨ ਗਲਤ ਲਾਣ ਕਰਕੇ ਮੈਂ ਉਸ ਤੋਂ ਬਾਅਦ ਮੈਂ ਮਾਨਜੁਗ ਸੂਚਨਾ ਕਮਿਸ਼ਨ ਕੋਲ ਜਿਹੜੀ ਹੈ ਅਪੀਲ ਦਾਇਰ ਕਰਦਾ ਉਦ ਅਪੀਲ ਜੋ ਧਾਇਰ ਕਰਨ ਤੋਂ ਬਾਅਦ ਇਹ ਅਪੀਲ ਤਿੰਨ ਪੜਾਵਾਂ ਚ ਇਹਦੀ ਸੁਣਵਾਈ ਹੁੰਦੀ ਹੈ ਇਹ ਸੁਣਵਾਈ ਦੇ ਦਰਮਿਆਨ ਪੁਲਿਸ ਆਪਣਾ ਪੱਖ ਰੱਖਦੀ ਜਿਵੇਂ ਮੈਂ ਆਪਣਾ ਪੱਖ ਰੱਖਿਆ ਮੈਂ ਆਪਣੇ ਪੱਖ ਵਿੱਚ ਇਹ ਗੱਲ ਕਹੀ ਹੈਗੀ ਜਿਹੜੀ ਇਹ ਜਿਹੜੀ ਹੈ ਪੁਲਿਸ ਨੇ ਰੋਕੀ ਜਾ ਰਹੀ ਹੈ ਹੈਗੀ ਗਲਤ ਤਰਾਜਾ ਤੇ ਸੂਚਨਾ ਉਹਨਾਂ ਨੇ ਨਿੱਜਤਾ ਨੂੰ ਧਿਆਨ ਰੱਖ ਕੇ ਰੋਕ ਰਿਆ ਇਹ ਅਸਲ ਚ ਉਹਨੇ ਨਿੱਜੀ ਜਾਣਕਾਰੀ ਨਹੀਂ ਬਲਕਿ ਇਹ ਮੇਰੀ ਸ਼ਿਕਾਇਤ ਦੇ ਆਧਾਰ ਤੇ ਜਿਹੜੀ ਜਿਹੜੀ ਇਨਕੁਆਇਰੀ ਖੁੱਲੀ ਹੈ ਮੈਂ ਜੋ ਪ੍ਰਾਰਥੀ ਵੀ ਆ ਪਲੱਸ ਪੀੜਤ ਵੀ ਆ ਇਸ ਕਰਕੇ ਮੈਨੂੰ ਪੂਰਾ ਹੱਕ ਹੈ ਵੀ ਮੈਨੇ ਜਿਹੜੀ ਪੜਤਾਲ ਰਿਪੋਰਟ ਦੀ ਕਾਪੀ ਦਿੱਤੀ ਜਾਵੇ ਫਿਰ ਤੁਹਾਨੂੰ ਕਾਪੀ ਮਿਲ ਜਾਂਦੀ ਹੈ ਹਾਂ ਮੇਰੀਆਂ ਦਲੀਲਾਂ ਨਾਲ ਜਿਹੜੇ ਮਾਨਯੋਗ ਸੂਚਨਾ ਕਮਿਸ਼ਨ ਸ੍ਰੀ ਸੁਵੰਸਿੰਘ ਜੀ ਸਹਿਮਤ ਹੁੰਦੇ ਆ ਤੇ ਉਹਨਾਂ ਨੂੰ ਹੁਕਮ ਕਰਦੇ ਉਹ ਹੁਕਮਾਂ ਦੇ ਤਹਿਤ ਜਿਹੜੀ ਮੈਨੂੰ ਪੜਤਾਲ ਰਿਪੋਰਟ ਦੀ ਕਾਪੀ ਮਿਲ ਜਾਂਦੀ ਹੈ ਕਾਪੀ 'ਚ ਫਿਰ ਕੀ ਤੁਹਾਨੂੰ ਮਿਲਦਾ ਹੈ ਕਾਪੀ ਵਿੱਚ ਜਿਹੜੀ ਆ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਕਾਪੀ ਦਿਖਾਣਾ ਚਾਹੁੰਦਾ ਇਹ ਐਸਐਸਪੀ ਮੋਗਾ ਦੁਆਰਾ ਪੜਤਾਲ ਕੀਤੀ ਗਈ ਹੈ ਉਹ ਆ ਦੇ ਪੜਤਾਲ ਵਿੱਚ ਲਿਖਦੇ ਹੈ ਜੀ 2 ਸਾਲ ਦੀ ਕਮਾਈ ਨੌਕਰੀ ਇਨਕਰੀਮੈਂਟ ਪੱਕੇ ਤੌਰ ਤੇ ਜਬਤ ਕਰਨ ਦਾ ਆਦੇਸ਼ ਕੀਤਾ ਜਾਂਦਾ ਹੈ ਜਿਸ ਦਾ ਪ੍ਰਭਾਵ ਉਹਦੀ ਸਲਾਨਾ ਤਰੱਕੀ ਤੇ ਇਨਕਰੀਮੈਂਟ ਤੇ ਵੀ ਪਊਗਾ ਜੀ ਇਹ ਜਿਹੜੇ ਹੁਕਮ ਹੈ ਉਹਦੇ ਜਿਹੜੇ ਸਰਵਿਸ ਬੁੱਕ ਵਿੱਚ ਵੀ ਜਿਹੜਾ ਰਿਕਾਰਡ ਕਰਦੇ ਹੁਕਮ ਜਿਹੜੇ ਦਿੱਤੇ ਆ ਜਿਹੜੇ ਕਿ ਐਸਐਸਪੀ ਮੋਗੇਵਾਲਾ ਪੜਤਾਲ ਰਿਪੋਰਟ ਕੀਤੀ ਗਈ ਜਿਹੜੀ ਜੋ ਰਿਪੋਰਟ ਦਿੱਤੀ ਮੈਂ ਉਹਨਾਂ ਖੁਸ਼ ਆਂ ਔਰ ਸੰਤੁਸ਼ਟਤਾ ਤੇ ਧੰਨਵਾਦ ਕਰਦਾ ਐਸਐਸਪੀ ਮੋਗੇ ਦਾ ਜਿਹੜੇ ਉਹਨਾਂ ਨੇ ਆਪਣੀ ਡਿਊਟੀ ਬਖੋਬੀ ਨਿਭਾਈ ਮਤਲਬ ਹੁਣੇ ਮੈਂ ਇਹਨੂੰ ਇੰਨਾ ਕ ਸਮਝਦਾ ਕਿ ਇੱਕ ਮੋਬਾਈਲ ਦੀ ਜਿਹਦੀ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ ਠੀਕ ਹੈ ਚੋਰੀ ਹੁੰਦੀ ਜੀ ਉਹਦੇ ਉਹ ਲਾਪਰਵਾਹੀ ਕਰਕੇ ਠੀਕ ਹੈ ਜੀ ਇੱਕ ਪੁਲਿਸ ਅਫਸਰ ਨੂੰ ਆਪਦੀ 2 ਸਾਲਾਂ ਦੀ ਕਮਾਈ ਯਾਨੀ ਕਿ ਉਹਦੀ ਤਨਖਾਹ ਹਾਂਜੀ ਰੋਕੀ ਜਾਂਦੀ ਆ ਪਲੱਸ ਇਨਕ੍ਰੀਮੈਂਟ ਜਿਹੜੇ ਲੱਗਣੇ ਸੀ ਹਾਂ ਬਿਲਕੁਲ ਠੀਕ ਹੈ ਜੀ ਵਾਧੇ ਲੱਗਣੇ ਸੀ ਹਾਂ ਇੱਕ ਇਨਕ੍ਰੀਮੈਂਟ ਮੌਕੇ ਦਾ ਕੱਟਿਆ ਜਾਂਦਾ ਹੈ ਹਾਂ ਉਹ ਕੱਟਿਆ ਜਾਂਦਾ ਕੱਟਿਆ ਜਾਂਦਾ ਮਤਲਬ ਉਹ ਅਫਸਰ ਨੂੰ ਤਾਂ ਇਹ ਮੈਨੂੰ ਲੱਗਦਾ ਵੀ 2 ਸਾਲਾਂ ਦੀ ਜੇ ਆਪਾਂ ਕਮਾਈ ਲਾਗੇ ਹਾਂ ਤਨਖਾਹ ਤਨਖਾਈ ਲੱਗੇ ਚਲੋ ਆਪਾਂ ਜੀ 60 70000 ਰੁਪਏ ਵੀ ਘੱਟ ਤੋਂ ਘੱਟ ਲੱਗੇ ਤੇ ਤੁਸੀਂ ਖਾਸਾ ਮਹਿੰਗਾ ਮੈਨੂੰ ਲੱਗਦਾ ਪਹਿਲਾਂ ਹੀ ਪੈ ਚੁੱਕੇ ਹਾਂ ਲਗਭਗ ਉਹਨਾਂ ਨੂੰ ਤੁਸੀਂ 16 ਸਤਨ ਲੱਖ ਦੇ ਵਿੱਚ ਤਾਂ ਉਹਨਾਂ ਨੂੰ ਵੀ ਨੇੜੇ ਮਾਰਿਆ ਇਹ ਇੱਕ ਦੀ ਗੱਲ ਹੈ ਇਸ ਤੋਂ ਪਹਿਲਾਂ ਮੈਨੂੰ ਕਾਫੀ ਆਫਰਾਂ ਆਉਂਦੀਆਂ ਸੀ ਪਰ ਮੈਂ ਮੈਂ ਕੋਈ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਆਫਰ ਸਵੀਕਾਰ ਨਹੀਂ ਕੀਤੀ ਕੀ ਆਫਰ ਕੀ ਆਉਂਦੀ ਸੀ ਮੈਨੂੰ ਸਰ ਮੈਨੂੰ ਕੰਪਰੋਮਾਈਜ਼ ਕਰਨ ਲਈ ਬਹੁਤ ਵੱਡੇ ਲਾਲਚ ਦਿੱਤੇ ਜਾਂਦੇ ਸੀ ਪੈਸੇ ਦੇ ਵੀ ਇਹ ਸਾਡਾ ਫਾਈਨੈਂਸ਼ਲੀ ਲਾਸ ਹੁੰਦਾ ਜਿੰਨਾ ਲਾਸ ਹੋ ਰਿਹਾ ਅਸੀਂ ਉਹ ਤੈਨੂੰ ਤੈਨੂੰ ਦੇ ਦਿੰਨੇ ਵੀ ਤੂੰ ਆਪਣੀ ਕੰਪਲੇਂਟ ਵਾਪਸ ਲੈ ਲੈ ਮੈਂ ਉਹਨਾਂ ਨੇ ਫਾਈਨੈਂਸ਼ਲੀ ਲਾਸ ਮਤਲਬ ਇਹ 2 ਸਾਲਾਂ ਦੀ ਉਹ ਕਹਿੰਦੇ ਸੀ ਜਿਹੜੀ ਸਾਡੀ ਕਮਾਈ ਜਾਣੀ ਆ ਹਾਂ ਬਈ ਜੋ ਸਾਡਾ ਨੁਕਸਾਨ ਹੁੰਦਾ ਉਹ ਤੈਨੂੰ ਅਸੀਂ ਦੇ ਦਿੰਨੇ ਆ ਤੇ ਤੂੰ ਬਟ ਮੈਂ ਇਸ ਗੱਲ ਤੇ ਨਹੀਂ ਆਇਆ ਵੀ ਮੇਰੀ ਜਿਹੜੀ ਲੜਾਈ ਹੈਗੀ ਐ ਕੋਈ ਪੈਸੇ ਲੈਣਦੇ ਨਹੀਂ ਅਸਲ ਕਿਤੇ ਕਿਸ ਨੇ ਐ ਵੀ ਕਿਹਾ ਵੀ ਯਾਰ ਤੂੰ ਮੋਬਾਈਲ ਲੈ ਲੈ ਜਿਹੜਾ ਲੈਣਾ ਬਾਬਾ ਤੂੰ ਖੜਾ ਛੱਡ ਨਹੀਂ ਸਰ ਇੱਕ ਦੀ ਗੱਲ ਨਹੀਂ ਇਹ ਮੇਰੇ ਕੇਸ ਤੇ ਜਿੰਨੇ ਵੀ ਅਕਿਊਜ਼ ਜੇ ਸਾਰਿਆਂ ਨੇ ਆਪੋ ਆਪਣੇ ਐਸਐਚ ਨੂੰ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜੇ ਮੋਬਾਈਲ ਨੂੰ ਤੂੰ ਹੱਥ ਲਾਇਆ ਹੈਂਗਾ ਮੈਂ ਉਹ ਲੈ ਦੇਣਾ ਹੈਗਾ ਤੁਸੀਂ ਐਸੀ ਲੈਣਾ ਨਹੀਂ ਬਟ ਮੈਂ ਆਪਣੇ ਐਸੀ ਵੀ ਮੇਰਾ ਜੋ ਸਵਧਾਨਿਕ ਹੱਕ ਹੈ ਮੇਰਾ ਜੋ ਚੋਰੀ ਹੋਇਆ ਨਾ ਮੈਂ ਤਾਂ ਸਿਰਫ ਉਹੀ ਲੈਣਾ ਗੱਲ ਸਾਰੀ ਖੜੀ ਇੱਥੇ ਖੜੀ ਹੈ ਗੱਲ ਕੱਲੀ ਮੋਬਾਈਲ ਦੀ ਨਹੀਂ ਹੈ ਗੱਲ ਇਹ ਹੈ ਕਿ ਇੱਕ ਬੰਦਾ ਜਿਦਾਂ ਮੋਬਾਈਲ ਚੋਰੀ ਹੁੰਦਾ ਉਹ ਅਦਾਲਤਾਂ ਚ ਜਾਂਦਾ ਹੈ ਪੁਲਿਸ ਬਿਨਾ ਕਿਸੇ ਜਾਂਚ ਦੇ ਇੱਕਵੇਂ ਨਿਰਧਾਰਤ ਕਰ ਸਕਦੀ ਹੈ ਕਿ ਉਹ ਚੋਰੀ ਨਹੀਂ ਹੋਇਆ ਉਹ ਗੁੰਮਿਆ ਤੇ ਜਦੋਂ ਪੁਲਿਸ ਅੰਗੈਲੀ ਕੇਸ ਚ ਇੱਕ ਚ ਕਰ ਰਹੀ ਆ ਤਾਂ ਇੱਕ ਆਦਤ ਆ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਗੱਲ ਇਹ ਪੂਰੇ ਸਿਸਟਮ ਦੀ ਆ ਕਿ ਇਹਦੇ ਵਿੱਚ ਕਿਵੇਂ ਆ ਜਿਹੜੇ ਲੋਕ ਆ ਉਹ ਖਿਆਲ ਹੀ ਨਹੀਂ ਕਰਦੇ ਬੇ ਪ੍ਰਵਾਹ ਹੋ ਕੇ ਆਪਦੀਆਂ ਨੌਕਰੀਆਂ ਕਰ ਰਹੇ ਆ ਬਿਲਕੁਲ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਸੰਵਿਧਾਨ ਕਿਸ ਤਰ੍ਹਾਂ ਉਹਨਾਂ ਨੂੰ ਕਹਿੰਦਾ ਕੰਮ ਕਰਨ ਨੂੰ ਕਾਨੂੰਨ ਦੇ ਅਨੁਸਾਰ ਕਿਸ ਤਰ੍ਹਾਂ ਚੱਲਣਾ ਚਾਹੀਦਾ ਖੁਦ ਹੀ ਬੈਠੇ ਹੋ ਡਿਸਾਈਡ ਕਰ ਰਹੇ ਆ ਖੁਦ ਹੀ ਅਦਾਲਤਾਂ ਵਾਲੇ ਕੰਮ ਵੀ ਆਪਦੇ ਵੱਲੋਂ ਭਗਾ ਰਹੇ ਆ ਐਫ ਆਈ ਆਰ ਤੁਸੀਂ ਕਹਿਆ ਵੀ ਫਿਰ ਉਹ ਦਰਜ ਹੋ ਜਾਂਦੀ ਆ ਜਾਂਚ ਵੀ ਆ ਜਾਂਦੀ ਆ ਅਧਿਕਾਰੀ ਨੂੰ ਤੁਸੀਂ ਆ 16 ਲੱਖ ਜਮਾ ਘੱਟ ਤੋਂ ਘੱਟ ਕਹਿ ਰਹੇ ਆ ਵੀ ਮੜ ਵੀ ਦਿੱਤਾ ਮੋਬਾਈਲ ਬਾਪਸ ਕਦੋਂ ਮਿਲਦਾ ਸਰ ਇਹ ਪੌਣੇ 3 ਸਾਲ ਬਾਅਦ ਮੈਨੂੰ ਮਿਲਦਾ ਹੈ ਜਦੋਂ ਚੋਰੀ ਹੋਣ ਤੋਂ ਬਾਅਦ ਪੌਣੇ 3 ਸਾਲ ਬਾਅਦ ਪੁਲਿਸ ਲੱਭ ਕੇ ਦਿੰਦੀ ਹੈ ਇਹ ਕਿਵੇਂ ਮਿਲ ਗਿਆ ਸਰ ਬਸ ਪੁਲਿਸ ਇਮਾਨਦਾਰ ਨਹੀਂ ਸੀ ਪੁਲ ਸਭ ਤੋਂ ਪਹਿਲਾਂ ਮਤਲਬ ਇਸ ਗੱਲ ਤੇ ਆ ਹੀ ਨਹੀਂ ਰਹੀ ਸੀ ਵੀ ਚੋਰੀ ਇੱਕ ਮੈਂ ਹੋਰ ਸਪਸ਼ਟ ਕਰਨਾ ਚਾਹਨਾ ਜਦੋਂ ਕੋਈ ਚੋਰੀ ਦੀ ਰਪੜ ਦਰਜ ਹੁੰਦੀ ਨਾ ਉਹਦੇ ਲਈ ਪੁਲਿਸ ਰਿਸਪੌਂਸੀਬਲ ਹੁੰਦੀ ਹੈ ਉਹਨੂੰ ਲੱਭ ਕੇ ਦੇਣ ਵਾਸਤੇ ਜਾਓ ਠੀਕ ਹੋ ਤੇ ਕੰਮ ਕਰ ਲਈ ਜਦੋਂ ਕੋਈ ਚੀਜ਼ ਗੁੰਮ ਹੋ ਜਾਂਦੀ ਨੇ ਉਹਦੀ ਪੁਲਿਸ ਰਿਸਪੌਂਸੀਬਲ ਨਹੀਂ ਹੁੰਦੀ ਚੀਜ਼ ਲੱਭੇ ਜਾਂ ਨਾ ਲੱਭੇ ਉਹਦੀ ਹੁੰਦੀ ਇਸ ਕਰਕੇ ਪੁਲਿਸ ਆਪਣੀ ਜੁੰਗੈਰੀ ਤੋਂ ਭੱਜਦੀ ਰਹੀ ਉਹਨੂੰ ਪਤਾ ਜੇ ਚੋਰੀ ਦੀ ਰਪਰ ਦਰਜ ਕਰ ਦਿੱਤੇ ਸਾਨੂੰ ਲੱਭ ਕੇ ਦੇਣਾ ਪਊਗਾ ਅੱਛਾ ਅੱਛਾ ਬਿਲਕੁਲ ਆ ਜਿਹੜਾ ਪੁਆਇੰਟ ਤੁਸੀਂ ਹੁਣ ਉਠਾਇਆ ਨਾ ਮੇਰੇ ਖਿਆਲ ਚ ਇਹ ਸਭ ਤੋਂ ਐਮ ਆ ਵੀ ਜੇ ਉਹ ਕਹਿੰਦੇ ਵੀ ਗੁੰਮ ਗਿਆ ਤਾਂ ਉਹਨਾਂ ਦੀ ਕੋਈ ਰਿਸਪੌਂਸੀਬਿਲਟੀ ਨਹੀਂ ਜੇ ਚੋਰੀ ਹੁੰਦਾ ਇੱਕ ਤਾਂ ਰਿਕਾਰਡ 'ਚ ਆ ਜਾਣਾ ਵੀ ਇਸ ਇਲਾਕੇ ਦੇ ਵਿੱਚ ਐਸ ਐਚਓ ਜਾਂ ਇਹ ਸੂਦਖਾਰੀ ਦੇ ਹੁੰਦੇ ਆ ਰਿਕਾਰਡ ਬੋਲ ਰਿਹਾ ਦੂਸਰਾ ਉਹਨਾਂ ਦੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਇਹਨੂੰ ਲੱਭ ਕੇ ਦੇਣਾ ਸਰ ਇੱਕ ਹੋਰ ਮੈਂ ਦੱਸਣਾ ਚਾਹੁੰਗਾ ਜਦੋਂ ਵੀ ਐਸਐਚਓ ਦੀ ਕੋਈ ਟਰਾਂਸਫਰ ਹੁੰਦੀ ਹੈ ਜਦੋਂ ਉਹ ਜਾਂਦਾ ਨਾ ਤੇ ਉਹਦਾ ਰਿਕਾਰਡ ਦੇਖੀ ਜਾਂਦੇ ਵੀ ਇਹਦੇ ਆਨ ਵੇਲੇ ਕਿੰਨਾ ਕ੍ਰਾਈਮ ਹੋਇਆ ਤੇ ਜਾਣ ਲੱਗੇ ਕਿੰਨਾ ਹੈ ਅਗਰ ਉਹ ਟ੍ਰੇਸ ਨਹੀਂ ਹੁੰਦੇ ਇਸ ਤਰ੍ਹਾਂ ਚੋਰੀ ਤਾਂ ਉਹਦੇ ਖਾਤੇ ਬੋਲਦੀਆਂ ਰਹਿੰਦੇ ਵੀ ਇਹ ਜਾਣ ਲੱਗਾ ਵੀ ਇਹ ਦੀ ਮੌਜੂਦਗੀ 'ਚ ਇੰਨਾ ਕੁਝ ਹੋਇਆ ਤੇ ਇਹ ਟ੍ਰੇਸ ਨਹੀਂ ਕਰਕੇ ਗਿਆ ਇਸ ਕਰਕੇ ਡਰਦੇ ਆ ਮਾਰੇ ਪੁਲਸ ਵਾਲੇ ਇਸ ਤਰ੍ਹਾਂ ਚੋਰੀ ਦੀ ਲਿਖਦੇ ਨਹੀਂ ਠੀਕ ਹੈ ਤੇ ਫਿਰ ਮੋਬਾਈਲ ਆ ਜਿਹੜਾ ਉਹ ਕਿਸ ਤਰ੍ਹਾਂ ਮਿਲਿਆ ਕਿਵੇਂ ਮਤਲਬ ਤੁਸੀਂ ਠੀਕ ਹੈ ਪੁਲਸ ਨਹੀਂ ਦੁਬਾਰੇ ਦੇਣਾ ਸੀ ਤੁਸੀਂ ਕਹਿੰਦੇ ਦਵਾਤਾ ਪਰ ਥੇ ਹੁੰਦਾ ਕਿ ਮੇਰਾ ਕੋਈ ਟ੍ਰੇਸ ਕਰਿਆ ਗਿਆ ਫਿਰ ਸਰ ਮੈਂ ਤੁਹਾਨੂੰ ਦੱਸਾਂਗਾ ਇਹਦੇ ਵਿੱਚ ਜਿਹੜਾ ਆਈਓ ਹੈ ਉਹਨੇ ਆਪਣੇ ਵੱਲੋਂ ਮਾਨਜੁਗ ਹਾਈ ਕੋਰਟ ਦੇ ਜਿਹੜੇ ਹੁਕਮਾ ਜਿਹੜਾ ਪਰਚਾ ਦਰਜ ਹੋਇਆ ਸੀ ਉਨੇ ਵੀ ਉਹਨੂੰ ਵੀ ਕੈਨਸਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਸਬੰਧ ਵਿੱਚ ਇੱਕ ਅਖਰਾਜ ਰਿਪੋਰਟ ਭਰੀ ਗਈ ਹੈਗੀ ਉਸ ਦਾ ਡੀਐਸਪੀ ਜਲਾਲਾਬਾਦ ਲੋਕਲ ਜਿਹੜਾ ਹੈ ਉਹਨਾਂ ਤੋਂ ਅਪਰੂਵ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਐਸਐਸਪੀ ਫਾਈਲ ਕਾ ਕੋਲੇ ਇਹ ਚਲੀ ਗਈ ਜਦੋਂ ਮੈਨੂੰ ਇਸ ਸਬੰਧ ਵਿੱਚ ਪਤਾ ਲੱਗਿਆ ਵੀ ਮੇਰੇ ਮੋਬਾਈਲ ਕੇਸ ਦੀ ਜਿਹੜੀ ਹੈ ਹਾਈ ਕੋਰਟ ਦੇ ਹੁਕਮਾਤ ਤਹਿਤ ਐਫਆਈਆਰ ਦਰਜ ਹੋਈ ਉਹਨੂੰ ਕੈਨਸਲ ਕਰਨ ਦੀ ਕੋਸ਼ਿਸ਼ ਕਰਿਆ ਇਸ ਸਬੰਧ ਵਿੱਚ ਮੈਂ ਮਾਨਯੋਗ ਡੀਜੀਪੀ ਸੀ ਸੁਰੇਸ਼ ਰੋੜਾ ਜੀ ਨੂੰ ਮਿਲਿਆ ਉਹਨਾਂ ਨੂੰ ਇਸ ਆਪਣੀ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਰੀ ਇਨਵੈਸਟੀਗੇਸ਼ਨ ਸ਼ੁਰੂ ਕੇ ਕਰਵਾਈ ਮੇਰੇ ਕੇਸ ਦੀ ਜਦੋਂ ਇਸ ਹੋਈ ਐਸਪੀ ਇਨਵੈਸਟੀਗੇਸ਼ਨ ਸੀ ਰਿਮੁਖਤਿਆਰ ਸਿੰਘ ਮੁਖਤਿਆਰ ਸਿੰਘ ਨੇ ਇਹ ਦੀ ਪੜਤਾਲ ਕੀਤੀ ਪੜਤਾਲ ਦੇ ਦਰਮਿਆਨ ਉਹਨੇ ਮੋਬਾਈਲ ਮੇਰਾ ਟ੍ਰੇਸਿੰਗ ਤੇ ਲਾਇਆ ਟ੍ਰੇਸਿੰਗ ਦੇ ਦਰਮਿਆਨ ਮੇਰਾ ਮੋਬਾਈਲ ਚੱਲਦਾ ਆ ਉਹ ਉਸ ਜਿਹੜੇ ਬੰਦੇ ਕੋਲ ਚੱਲਦਾ ਫਿਰ ਉਸ ਬੰਦੇ ਨੂੰ ਪਕੜਿਆ ਗਿਆ ਉਸ ਬੰਦੇ ਨੂੰ ਮੇਰੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਪੌਣੇ ਤਿੰਨ ਸਾਲ ਬਾਅਦ ਮੇਰਾ ਜਿਹੜਾ ਪੁਲਿਸ ਨੇ ਮੋਬਾਈਲ ਲੱਭ ਗਿਆ ਹਾਂ ਪੁਲਿਸ ਅਗਰ ਇਮਾਨਦਾਰ ਹੁੰਦੀ ਤਾਂ ਪਹਿਲੇ ਦਿਨ ਹੀ ਐਫਆਈਆਰ ਦਰਜ ਕਰਦੀ ਤਾਂ ਪਹਿਲੇ ਦਿਨ ਹੀ ਮੇਰਾ ਮੋਬਾਈਲ ਲੱਭ ਸਕਦੇ ਸੀ ਨਹੀਂ ਫਿਰ ਉਹ ਬੰਦੇ ਨੇ ਮੰਨਿਆ ਵੀ ਮੈਂ ਹਾਂ ਮੈਂ ਚੋਰੀ ਕੀਤੀ ਸਰ ਉਹ ਬੰਦੇ ਨੂੰ ਪੁਲਿਸ ਨੇ ਆਪਣੇ ਹੀ ਤਰੀਕੇ ਨਾਲ ਹੀ ਆਇਆ ਉਹਨੂੰ ਪੁਲਿਸ ਅੱਜ ਵੀ ਉਹਨੇ ਪੁਲਿਸ ਜਿਹੜੀ ਹੈ ਨਾ ਇਸ ਕੇਸ ਨੂੰ ਕਮਜ਼ੋਰ ਕਰਨ ਵਾਲੇ ਪਾਸੇ ਆ ਉਹਨੂੰ ਪਤਾ ਵੀ ਅੱਜ ਪੁਲਿਸ ਇਹ ਜੇ ਕੇਸ ਕਮਜ਼ੋਰ ਹੋ ਜੂਗਾ ਜਿਹੜੇ ਤਿੰਨ ਮਲਾਜ਼ਮਾਂ ਦੇ ਜਿਹੜਾ ਹੈਗਾ ਡੰਗ ਜੀ ਉਹ ਵੀ ਜੀ ਬਾਜੇ ਤੋਨੇ ਇੱਕ ਮੈਂ ਜਿਵੇਂ ਮੇਰੇ ਕੇਸ ਵਿੱਚ ਮੈਂ ਮੇਨ ਗਵਾ ਹੈ ਤੇ ਇੱਕ ਇੱਕ ਸਰਕਾਰੀ ਤੌਰ ਤੇ ਗਵਾ ਹੈ ਕੋਈ ਛਿੰਦਰ ਸਿੰਘ ਦੇ ਨਾਂ ਤੇ ਉਹ ਬੰਦੇ ਨੂੰ ਗਵਾ ਬਣਾਇਆ ਗਿਆ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਤਿੰਨ ਵਾਰੀ ਸਨਮਨ ਕਰਕੇ ਬੁਲਾਇਆ ਗਿਆ ਬਟ ਸੰਦਰ ਸਿੰਘ ਨਾਂ ਦਾ ਕੋਈ ਬੰਦਾ ਹੈ ਹੀ ਨਹੀਂ ਸੀਗਾ ਜਦੋਂ ਇਹ ਗੱਲ ਮੇਰੇ ਧਿਆਨ ਚ ਆਈ ਤੇ ਮੈਂ ਉਹਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਅਸਲ ਵਿੱਚ ਸਹੀ ਮੈਨੇ ਜੋ ਬੰਦਾ ਅਸਕੰਦਰ ਸੀ ਜਿਹੜਾ ਮੇਰੇ ਇਹਨਾਂ ਨੇ ਗਵਾਹ ਵੀ ਇਸ ਤਰੀਕੇ ਨਾਲ ਕੀਤਾ ਵੀ ਗਵਾਹ ਵੀ ਨਾ ਆਵੇ ਤੇ ਇਹ ਕੇਸ ਕਮਜ਼ੋਰ ਹੋ ਜੇ ਤੇ ਚੋਰ ਵੀ ਬਚ ਜਾਵੇ ਤੇ ਸਾਡੇ ਮੁਲਾਜ਼ਮ ਵੀ ਬਚ ਜਾਣ ਅੱਜ ਵੀ ਪੁਲਿਸ ਮਤਲਬ ਬਚਾਉਣ ਦੀ ਕੋਸ਼ਿਸ਼ ਕਰਦੀ ਹੈਗੀ ਅੱਜ ਵੀ ਇਮਾਨਦਾਰੀ ਨਾਲ ਉਸ ਤੇ ਵਰਕ ਨਹੀਂ ਕਰ ਰਹੀ ਹੁਣ ਮੌਜੂਦਾ ਸਟੇਟਸ ਕੀ ਹੈ ਰਿਪੋਰਟ ਮੌਜੂਦਾ ਸਟੇਟਸ ਸਰ ਇਹ ਹੈ ਵੀ ਜਿਹੜਾ ਮੇਰਾ ਕੇਸ ਹੈ ਚਲਾਨ ਪੇਸ਼ ਅਦਾਲਤ ਵਿੱਚ ਪੇਸ਼ ਹੋ ਚੁੱਕਿਆ ਉਹ ਚੱਲ ਰਿਹਾ ਹੈਗਾ ਕੋਰਟ 'ਚ ਹੂੰ ਕਾ ਕੋਰ ਜੋ ਵੀ ਡਿਸੀਜਨ ਦੇਉਗੇ ਹੂੰ ਤੇ ਉਹ ਉਸ ਤੋਂ ਬਾਅਦ ਦੇ ਦੇਖਾਂਗੇ ਉਹ ਤੇ ਕੀ ਹੁੰਦਾ ਠੀਕ ਹੈ ਪਰ ਅੱਜ ਅੱਜ ਦੀ ਡੇਟ ਤੇ ਜਿਹੜਾ ਮੈਨੂੰ ਲੱਗਦਾ ਵੀ ਪੁਲਿਸ ਨੇ ਜਿਹੜਾ ਮਕਦਮਾ ਹੀ ਚਲਾਨ ਪੇਸ਼ ਕੀਤਾ ਢੱਲਾਇਆ ਕੀਤਾ ਹੁਣ ਨਹੀਂ ਹੁਣ ਜਿਹੜਾ ਤੁਹਾਡਾ ਮਕਦਮਾ ਚੱਲ ਰਿਹਾ ਉਹਦੇ 'ਚ ਤਾਂ ਤੁਸੀਂ ਪੁਲਿਸ ਵਾਲਿਆਂ ਤੇ ਕਾਰਵਾਈ ਦੀ ਮੰਗ ਕਰ ਰਹੇ ਹੋ ਹਾਂਜੀ ਹਾਂਜੀ ਮੋਬਾਈਲ ਦਾ ਵਾਲਾ ਮਸਲਾ ਤਾਂ ਉੱਥੇ ਹੱਲ ਹੋ ਗਿਆ ਹੁਣ ਤੁਹਾਡਾ ਜਿਹੜਾ ਅਸਲਾ ਮਸਲਾ ਵੀ ਅਸਲੀ ਮਸਲਾ ਹੈਗਾ ਉਹ ਇਹ ਹੈ ਕਿ ਪੁਲਿਸ ਨੇ ਲਾਪਰਵਾਹੀ ਵਰਤੀ ਹਾਂਜੀ ਇਹਦੇ ਤੇ ਹੈ ਨਾ ਹਾਂਜੀ ਹਾਂਜੀ ਤੇ ਉਹਦਾ ਸਟੇਟਸ ਹੁਣ ਅਦਾਲਤ ਆ ਜਿਹੜੀ ਉਹ ਕਿੱਥੇ ਪਹੁੰਚੀ ਹੈ ਵੀ ਮਤਲਬ ਇੱਕ ਐਸਐਸਪੀ ਦੀ ਰਿਪੋਰਟ ਤਾਂ ਇਹ ਆ ਜਾਂਦੀ ਹੈ ਐਸਐਸਪੀ ਫਾਜ਼ਲ ਕਾ ਕੀ ਕਹਿ ਰਹੇ ਆ ਤੁਹਾਡੇ ਮੁਲਾਜ਼ਮਾਂ ਤੇ ਹਾਂ ਮੈਂ ਮੈਨੂੰ ਜਦੋਂ ਐਸਐਸਪੀ ਫਾਜ਼ਲ ਕਾ ਵੱਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਮੈਨੂੰ ਉਹਨੂੰ ਪੜ੍ਹ ਕੇ ਬੜਾ ਦੁੱਖ ਹੋਇਆ ਜਿਹੜੀ ਐਸਐਸਪੀ ਫਾਜ਼ਲ ਕਾ ਵੱਲੋਂ ਪੜਤਾਲ ਕਰਵਾਈ ਗਈ ਉਹ ਡੀਐਸਪੀ ਹੈੱਡ ਕੁਆਟਰ ਸੀ ਰਾਹੁਲ ਭਾਰਦਵਾਰ ਜੀ ਦੁਆਰਾ ਕੀਤੀ ਗਈ ਜਿਹੜੇ ਉਹਨਾਂ ਨੇ ਰਿਪੋਰਟ ਵਿੱਚ ਉੱਪਰ ਸਬਮਿਟ ਕਰਦੇ ਉਹਦੇ ਵਿੱਚ ਉਹਨਾਂ ਨੇ ਤਜਵੀਜ਼ ਦਿੱਤੀ ਹੈਗੀ ਹੈ ਵੇ ਇਹ ਬੰਦਿਆਂ ਨੇ ਆਪਣੇ ਕੰਮ ਵਿੱਚ ਕੁਤਾਈ ਕੀਤੀ ਹੈ ਇਸ ਕਰਕੇ ਇਹਨਾਂ ਦੀ 1 ਸਾਲ ਦੀ ਸਰਵਿਸ ਕਟਣੀ ਵਾਜਬ ਬੰਦੀ ਹੈ। ਹਮ ਐਸਐਸਪੀ ਵੱਲੋਂ ਉਹ ਜਿਹੜੀ ਥੱਲੋ ਤਜਵੀਜ਼ ਪੇਸ਼ ਹੋ ਕੇ ਆਈ ਹੈ ਉਹਨੂੰ ਨਜ਼ਰਅੰਦਾਜ਼ ਕਰਦੇ ਹੋਏ ਹਮ ਹਮ ਇਹਨਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਜਿਹੜੇ ਦੋਸ਼ੀਆਂ ਨੂੰ ਬੁਲਾਇਆ ਤੇ ਉਹਨਾਂ ਦਾ ਕਹਿੰਦਾ ਮੈਂ ਪੱਖ ਜੋ ਮੇਰੇ ਕੋਲ ਰਿਪੋਰਟ ਹੈ ਉਹ ਜੋ ਕਹਿੰਦਾ ਮੈਂ ਉਹਨਾਂ ਦਾ ਪੱਖ ਸੁਣਿਆ ਪੱਖ ਸੁਣਨ ਤੋਂ ਬਾਅਦ ਮਨੁੱਖੀ ਰਵੱਈਆ ਵਰਤਦੇ ਹੋਏ ਜਦ ਕੁਦਰਤੀ ਨਿਆਂ ਨੂੰ ਵੇਖਦੇ ਹੋਏ ਇਹਨਾਂ ਪ੍ਰਤੀ ਨਰਮਵਤੀਰਾ ਵਰਤਦੇ ਹੋਏ ਜਿਹੜੀ 1 ਸਾਲ ਦੀ ਜਿਹੜੀ ਸਜ਼ਾ ਮੈਂ ਉਹਨੂੰ ਨਖਿੱਦ ਵਿੱਚ ਤਬਦੀਲ ਕਰ ਦਾਂ। ਇੱਥੇ ਮੈਂ ਦੱਸਣਾ ਚਾਹਾਂਗਾ ਵੀ ਜਿਹੜਾ ਨਖਿੱਦ ਵੀ ਇੱਕ ਸਜ਼ਾ ਹੈ। ਉਹ ਜਿਹਨੂੰ ਗੱਲੀਬਾਤੀ ਆਪਾਂ ਕਿਸੇ ਨੂੰ ਕਹਦੇ ਨੇ ਵੀ ਤੂੰ ਬਹੁਤ ਮਾੜਾ ਕੀਤਾ ਇਹ ਉਸ ਤਰ੍ਹਾਂ ਦੀ ਸਜ਼ਾ ਇਹਨੂੰ ਕਹਾਂਗੇ। ਬਟ ਇੱਕ ਇੱਕ ਸਾਲ ਦੀ ਜਿਹੜੀ ਸਰਵਿਸ ਉਹਨਾਂ ਦੀ ਕੱਟਣ ਦੀ ਬਜਾਏ ਨਖਿੱਦ ਵਿੱਚ ਸਬਾ ਸਜ਼ਾ ਤਬਦੀਲ ਕਰ ਦਿੰਦੇ। ਜਿੱਦਣਾ ਮੈਂ ਸਹਿਮਤ ਨਹੀਂ। ਇਸ ਜਿਹੜੇ ਐਸਐਸਪੀ ਫਾਇਲਕਾ ਦੇ ਕੀਤੇ ਹੋਏ ਆਰਡਰਾਂ ਦੇ ਅਗੇਂਸਟ ਮੈਂ ਇੱਕ ਅਪੀਲ ਮਾਨਜੂ IG ਫ੍ਰੀਪਰੈਂਸ ਫ੍ਰੀਪਨ ਫ੍ਰੀਪਰੈਂਸ ਫਰਮਪਨ ਕਰਨ ਜਾ ਰਿਹਾ ਸੋ ਤੁਸੀਂ ਕੋਈ ਵੀ ਢਿੱਲ ਆਪਦੇ ਵੱਲੋਂ ਨਹੀਂ ਵਰਤ ਰਹੀ ਅ ਕਿ ਵਰਤਨੀ ਵੀ ਨਹੀਂ ਚਾਹੀਦੀ ਕਿਉਂਕਿ ਗੱਲ ਸਿੱਧੀ ਤੁਹਾਡੇ ਸੰਵਿਧਾਨਕ ਹੱਕ ਦੀ ਹੈ ਬਿਲਕੁਲ ਪਰ ਇਹ ਸਾਰੇ ਦੌਰਾਨ ਇੱਕ ਤਾਂ ਲਾਲਚ ਵਾਲਾ ਪੱਖ ਆ ਗਿਆ ਠੀਕ ਕਦੇ ਪੁਲਿਸ ਨੇ ਧਮਕਾਇਆ ਵੀ ਵੀ ਸੁਦਰਜਾ ਭਾਈ ਨਹੀਂ ਆ ਚਿੱਟੇ ਗਾਲੇ ਬਹੁਤ ਹੁੰਦੇ ਸਾਡੇ ਕੋਲੇ ਹਾਂ ਬਿਲਕੁਲ 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 ਟੱਡੀ ਸੱਚੀ ਗੱਲ ਹੈ ਹਾਂ ਮੈਨੂੰ ਪੁਲਸ ਵਾਲੋ ਚਿੱਟੇ ਦੀਆਂ ਧਮਕੀਆਂ ਦਿੰਦੇ ਰਹੇ ਕਾਲੇ ਦੇ ਧਮਕੇ ਇਹਦੇ ਨਾਲ ਨਾਲ ਮੈਨੂੰ ਜਨਾਨੀਆਂ ਦੇ ਵੀ ਧਮਕੀਆਂ ਦਿੰਦੇ ਰਹੇ ਵੀ ਤੇਰੇ ਤੇ ਅਸੀਂ ਬਲਾਤਕਾਰ ਦਾ ਕੇਸ ਵੀ ਪਾ ਦਾਂਗੇ ਤੂੰ ਨਾ ਕਿ ਕਾਬੂ ਹੈ ਤੇਰੇ ਪਰਿਵਾਰ ਦਾ ਤੇਰੇ ਦੋ ਬੱਚੇ ਆ ਤੇਰੇ ਮੁੰਡੇ ਆ ਤੇ ਮੁੰਡਿਆਂ ਦੇ ਤੇ ਤੇਰੀ ਮਿਸਿਸ ਹੈ ਰੋਜ਼ ਡਿਊਟੀ ਤੇ ਜਾਂਦੇ ਬਾਹਰ ਅੰਦਰ ਜਿੱਥੇ ਵੀ ਸਾਡੇ ਕੋਈ ਅੜਿੱਕੇ ਤੇਰੇ ਤੂੰ ਨਾ ਜਿਹੜਾ ਤੇਰੇ ਪਰਿਵਾਰ ਦੇ ਜਿਹੜਾ ਅਸੀਂ ਬਖਸ਼ਾਂਗੇ ਨਹੀਂ ਫਿਰ ਇੱਕ ਗੱਲ ਹੋਰ ਇੱਕ ਧਮਕ ਉਸ ਤੋਂ ਬਾਅਦ ਮੈਂ ਹਾਈ ਕੋਰਟ ਚ ਲੱਗਾ ਹਾਈ ਕੋਰਟ ਤੋਂ ਜਾਣ ਤੋਂ ਬਾਅਦ ਇੱਕ ਜਿਹੜਾ ਧਮਕਿਆਂ ਦਾ ਸਿਲਸਿਲਾ ਥੋੜਾ ਘਟਿਆ ਫਿਰ ਇੱਕੋ ਥੋੜਾ ਸਮਾਂ ਪਹਿਲਾਂ ਇਸ ਨੂੰ ਇੰਪਲੀਮੈਂਟ ਵੀ ਇਹਨਾਂ ਨੇ ਕੀਤਾ ਅੱਜ ਵੀ ਮੇਰੇ ਖਿਲਾਫ ਥਾਣੇ ਵਿੱਚ ਇੱਕ ਰੈਪਡ ਬੋਲਦੀ ਤੁਸੀਂ ਮੈਟ ਨੂੰ ਰੈਪਡ ਬਾਈ ਦੱਸਾਂਗਾ ਵੀ 11:40 ਦੇੰਦਾ ਸਮਾਂ ਹੈ ਇੱਕ ਜਿਹੜੇ ਮੇਰੇ ਕੇਸ ਵਿੱਚ ਦੋਸ਼ੀ ਭਜਨ ਸਿੰਘ ਵੱਲੋਂ ਇਹ ਥਾਣੇ 'ਚ ਰੈਪਡ ਦਰਜ ਕੀਤੀ ਜਾਂਦੀ ਹੈਗੀ ਵੀ ਹਰਪ੍ਰੀਤ ਸਿੰਘ 11:40 ਵਜੇ ਥਾਣੇ ਵਿੱਚ ਆਂਦਾ ਮੈਨੂੰ ਕੁੱਟਣ ਮਾਰਨ ਦੀਆਂ ਵਰਦੀ ਫਾੜਨ ਦੀਆਂ ਤੇ ਗਾਲੀ ਗਲੋਚ ਕਰਕੇ ਚਲਾ ਜਾਂਦਾ ਜਿੱਥੇ ਤਿੰਨ ਮੁਲਾਜ਼ਮ ਸਰਕਾਰੀ ਗਵਾ ਬੁਗਤਾਈ ਜਾਂਦੇ ਤੇ ਤਿੰਨ ਪ੍ਰਾਈਵੇਟ ਗਵਾ ਬੁਗਤਾਈ ਜਾਂਦੇ ਠੀਕ ਹੈ اور ਹੈਰਾਨੀ ਦੀ ਗੱਲ ਮੇਰੇ ਜਾਨ ਤੋਂ ਬਾਅਦ ਇਹ ਰਪੜ ਦਰਜ ਕਾਗਜ਼ਾਂ ਮਤਲਬ ਮੇਰੇ ਬੋਲਣ ਚੰਗਾ ਮਾੜਾ ਬੋਲਣ ਤੋਂ ਬਾਅਦ ਫਿਰ ਰਪੜ ਦਰਜ ਕੀਤੀ ਮੈਂ ਇੱਕ ਸਵਾਲ ਮੀਡੀਆ ਦੇ ਥਰੂ ਪੁੱਛਣਾ ਚਾਹਨਾ ਬੋਲ ਸਕਦਾ ਕਿ ਪੰਜਾਬ ਪੁਲਿਸ ਐਡੀਨ ਕਮੀ ਹੈ ਵੀ ਥਾਣੇ ਵਿੱਚ ਇੱਕ ਬੰਦਾ ਕੱਲਾ ਆ ਜਾਏ ਪੂਰੇ ਥਾਣੇ ਵਿੱਚ ਦਿਨ ਦੇ ਆੜੇ ਪੁਲਿਸ ਮੁਲਾਜ਼ਮ ਨੂੰ ਗਲਤ ਬੋਲਦ ਕੇ ਚੱਲ ਜਾਈ ਤੇ ਉਹਦਾ ਜਾਨ ਤੋਂ ਬਾਅਦ ਰਪੜ ਦਰਜ ਕੇ ਇਹਦਾ ਮਤਲਬ ਪੁਲਿਸ ਦਾ ਲਾਚਾਰ ਇਨ ਕਮੀ ਹੈ ਵੀ ਜਿਹੜਾ ਉਹਨਾਂ ਦੇ ਘਰੇ ਆ ਕੇ ਕਿਸੇ ਨੂੰ ਬੋਲ ਪੁਲਿਸ ਨੂੰ ਬੋਲ ਗਿਆ ਤੇ ਉਹਨਾਂ ਉੱਰ ਕੋਈ ਕਾਰਵਾਈ ਨਹੀਂ ਇਸ ਤੇ ਇੱਕ ਮੈਂ ਇੱਕ ਸਵਾਲ ਕਰਾਂਗਾ ਮੈਂ ਐ ਐਸਐਸ ਇਸ ਬੰਦ ਨੂੰ ਇਸ ਚੀਜ਼ ਨੂੰ ਲੈ ਕੇ ਐਸਐਸਪੀ ਨੂੰ ਵੀ ਮਿਲਿਆ ਮੈਂ ਕਿਹਾ ਵੀ ਉਹ ਦਿਨ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾ ਲਓ ਪਤਾ ਲੱਗ ਜੂਗਾ ਕੌਣ ਕਿਸ ਨੂੰ ਬੋਲਿਆ ਤਾਂ ਉਸ ਦਿਨ ਤੋਂ ਬਾਅਦ ਇਹ ਚ ਇਹ ਨੇ ਕਿਹਾ ਵੀ ਜਿਹੜੀ ਉਸ ਦਿਨ ਦੀ ਸਾਡੇ ਸੀਸੀਟੀਵੀ ਕੈਮਰੇ ਖਰਾਬ ਬੜੇ ਹਨਾਨੀ ਦੀ ਗੱਲ ਹੈ ਜਿਹੜੇ ਲੋਕਾਂ ਦੀ ਸੁਰੱਖਿਆ ਵਾਸਤੇ ਬਾਜ਼ਾਰਾਂ 'ਚ ਕੈਮਰੇ ਲਵਾਉਣ ਵਾਲੀ ਪੁਲਿਸ ਅੱਜ 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 ਠਾਣੇ 'ਚ ਵੀ ਕੈਮਰੇ ਜਿਹੜੇ ਖਰਾਬ ਹੈ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈਗੀ ਇਹ ਦੱਸਿਆ ਜਾਵੇ ਵੀ ਹਰਪ੍ਰੀਤ ਉਹ ਦਿਨ ਕਿਸ ਕੰਮ ਵਿੱਚ ਆਇਆ ਸੀ ਉਹ ਕਹਿੰਦੇ ਹਰਪ੍ਰੀਤ ਦੋ ਪੱਤਰਾਂ ਦੇ ਸਬੰਧ ਵਿੱਚ ਆਏ ਇੱਕ ਜਿਹੜਾ ਪੱਤਰ ਦਾ ਨੰਬਰ ਹੈਗਾ ਉਹ ਬਿਲਕੁਲ ਮੇਰੇ ਕਿਸੇ ਵੀ ਪੱਤਰ ਨੂੰ ਨਹੀਂ ਲੱਗਿਆ ਜਿਹੜਾ ਦੂਸਰਾ ਪੱਤਰ ਦਾ ਨੰਬਰ ਦੱਸਾਰਿਆ ਉਹ ਐਸਐਸਪੀ ਦਫ਼ਤਰ ਦੇ ਨਾਲ ਸੰਬੰਧਿਤ ਹੈ ਉਹ ਤੇ ਜੇ ਐਸਐਸਪੀ ਦਫ਼ਤਰ ਦੇ ਨਾਲ ਸੰਬੰਧਿਤ ਪੱਤਰ ਹੈ ਤੇ ਫਿਰ ਮੇਰੇ ਥਾਣੇ 'ਚ ਕੀ ਕੰਮ ਹੈ ਤੀਸਰਾ ਇੱਕ ਹੋਰ ਮੈਂ ਉਥੇ ਸਵਾਲ ਖੜਾ ਕਰਦਾ ਵੀ ਜਿਹੜੇ ਤਿੰਨ ਬੰਦੇ ਪ੍ਰਾਈਵੇਟ ਤੁਸੀਂ ਗਵਾ ਬੁਗਤਾਏ ਆ ਮੇਰੇ ਅਗੇਂਸਟ ਉਹਨਾਂ ਤੇਨਾਂ ਦੀ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕਰਾ ਲਓ ਜਦੋਂ ਮੈਂ ਇਸ ਕੇਸ ਦੇ ਪੜਤਾਲ ਕਰਦਾ ਕਰਦਾ ਆਪਣੇ ਲੈਵਲ ਤੇ ਕੀਤਾ ਉਹਦੇ ਚ ਇੱਕ ਹਲਵਾਈ ਹੈ ਇੱਕ ਵੇਟਰ ਉਹ ਉਸ ਦਿਨ ਜਲਾਲਾਬਾਦ 'ਚ ਹੀ ਮੌਜੂਦ ਨਹੀਂ ਜੇ ਉਹਨਾਂ ਬੰਦਿਆਂ ਦੀ ਥਾਣੇ ਵਿੱਚ ਇੱਕ ਛੱਡ ਕੇ ਜਲਾਲਾਬਾਦ ਦੀ ਲੋਕੇਸ਼ਨ ਟਰੇਸ ਆ ਜਾਏ ਤਾਂ ਵੀ ਮੈਂ ਗੱਲ ਮੰਨਣ ਨੂੰ ਤਿਆਰ ਅੱਜ ਵੀ ਉਹ ਜਿਹੜੀ ਝੂਠੀ ਰਪਟੇ ਮੇਰੇ ਅਗੇਂਸਟ ਅੱਜ ਵੀ ਬੋਲਦੀ ਥਾਣੇ 'ਚ ਤਾਂ ਤੁਸੀਂ ਮਤਲਬ ਇਹ ਗੱਲਾਂ 'ਚ ਤੁਹਾਡਾ ਕੋਈ ਤੋੜ ਨਹੀਂ ਕਮਾਲ ਦੇ ਹੋ ਲੱਗੇ ਹੋਏ ਹੋਣਾ ਸਰੜੀ ਬੰਦੇ ਦਾ ਕੰਮ ਹੁੰਦਾ ਵਧੀਆ ਗੱਲ ਹੈ ਜਦੋਂ ਗੱਲ ਇੱਕ ਕੇਸ ਦੀ ਨਹੀਂ ਉਹ ਅਫਸਰ ਨੂੰ ਘਟੋ ਘਟਾ ਅਗਲੇ 4 ਕੇਸਾਂ 'ਚ ਇਹ ਗੱਲ ਸਮਝ ਆਉਂਦੀ ਹੈ ਇਹ ਗੱਲਾਂ ਮੈਂ ਤਾਂ ਇਕੱਲੀ ਤੁਹਾਡੇ ਦਾਅਵਿਆਂ ਤੇ ਨਹੀਂ ਕਿਉਂਕਿ ਅਦਾਲਤੀ ਸਬੂਤ ਹੈ ਜਿਹੜੇ ਬੋਲ ਰਹੇ ਆ ਜਦੋਂ ਖੁਦ ਕਮਿਸ਼ਨ ਇਹ ਜਿਹੀਆਂ ਚੀਜ਼ਾਂ ਬੋਲ ਰਿਹਾ ਹੈ ਖੁਦ ਐਸਐਸਪੀ ਦੀ ਰਿਪੋਰਟ ਹੀ ਕਹਿ ਰਹੀ ਆ ਆਪਦੀ ਪੁਲਿਸ ਦੇ ਖਿਲਾਫ ਇਹ ਤਾਂ ਅਸੀਂ ਕਿਉਂ ਨਹੀਂ ਇਹ ਗੱਲਾਂ ਨੂੰ ਮੰਨਾਂਗੇ ਅਸੀਂ ਬਿਲਕੁਲ ਨਿਸ਼ਚਿਤ ਤੌਰ ਤੇ ਗੱਲ ਨੂੰ ਮੰਨਦੇ ਆ ਓਵਰ ਆਲ ਸਾਰੇ ਸਨੈਰੀਓ ਨੂੰ ਦੇਖ ਕੇ ਲੱਗਿਆ ਵੀ ਪੁਲਿਸ ਬਾਕੀ ਬੰਦਿਆਂ ਨੂੰ ਕੀ ਸੁਣਦੀ ਹੋਊਗੀ ਕਾਮ ਬੰਦਾ ਠੀਕ ਹੈ ਹਰਪ੍ਰੀਤ ਮਹਿਮੀ ਸੁਚੇਤ ਹੈ ਆਰਟੀਆਈ ਐਕਟੀਵਿਸਟ ਹੈ ਕਾਨੂੰਨ ਦਾ ਵੀ ਪਤਾ ਚੰਗਾ ਖਾਸਾ ਡੀਜੀਪੀ ਸਰੇਸ਼ अरोड़ा ਦੇ ਕੋਲੇ ਵੀ ਪੇਸ਼ ਹੋ ਸਕਦਾ ਜੇ ਲੋੜ ਪਵੇ ਚੰਡੀਗੜ੍ਹ ਦੇ ਇੰਨੇ ਗੜੇ ਲਾਲੇ 3 ਲੱਖ ਤੋਂ ਉੱਪਰ ਰੁਪਿਆ ਵੀ ਲਾ ਲਿਆ ਇੱਕ ਕੇਸ ਤੇ ਆਮ ਬੰਦੇ ਨੂੰ ਕੀ ਬਟਿਆ ਜਾਂਦਾ ਹੋਊਗਾ ਸਾਰੇ ਸਿਸਟਮ ਚ ਮੈਂ ਸਮਝਦਾ ਇੱਥੇ ਲੋਕਾਂ ਚ ਅਵੇਅਰਨੈਸ ਦੀ ਕਮੀ ਹੈ ਹੂੰ ਜੋ ਦੇਸ਼ ਦਾ ਸੰਵਿਧਾਨ ਹੈ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬेडकर ਨੇ ਲਿਖਿਆ ਉਹਨੇ ਸੰਵਿਧਾਨ ਲਿਖਣ ਚ ਕੋਈ ਕਮੀ ਨਹੀਂ ਛੱਡੀ ਹੂੰ ਹਰੇਕ ਬੰਦੇ ਦੇ ਹੱਕ ਲਿਖਿਆ ਬਟ ਜਿਹੜੇ ਇੱਥੇ ਸਾਡੇ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਬੰਦੇ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਅਗਰ ਉਹ ਸਹੀ ਤਰੀਕੇ ਨਾਲ ਸੰਵਿਧਾਨ ਜੋ ਲਿਖਿਆ ਉਹਨੂੰ ਲਾਗੂ ਕਰਨਾ ਨਾ ਤੇ ਇਸ ਦੁਨੀਆ 'ਚ ਇਸ ਤੋਂ ਵਧੀਆ ਸੰਵਿਧਾਨ ਕਿਤੇ ਨਹੀਂ ਹੋ ਸਕਦਾ ਤੇ ਲੋਕਾਂ ਨੂੰ ਚਾਹੀਦਾ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਰਹਿਣ ਆਪਣੇ ਹੱਕ ਲੜਨ ਹ ਹੱਕਾਂ ਲਈ ਲੜਾਈ ਲੜਨ ਜੇ ਅੱਜ ਮੈਂ ਉਹਦੇ ਹੱਕਾਂ ਪਰ ਜਿੱ ਲੜਾਈ ਲੜਿਆ ਤੇ ਅੱਜ ਮੈਂ ਕਾਮਯਾਬ ਕਾਮਯਾਬ ਹੋ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਰਪ੍ਰੀਤ ਮਮੀ ਜੀ ਜੀ ਕੁਝ ਕਹਿਣਾ ਚਾਹੁੰਗੇ ਹਾਂ ਹਾਂ ਮੈਂ ਲਾਸਟ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਮੇਰੀ ਇਹ ਲੜਾਈ ਇੱਥੇ ਖਤਮ ਨਹੀਂ ਹੋਈ ਇਸ ਤੋਂ ਅੱਗੇ ਮੈਂ ਹੋਰ ਆਪਣੀ ਲੜਾਈ ਨੂੰ ਲੈ ਕੇ ਜਾਵਾਂਗਾ ਬਿਲਕੁਲ ਹੁਣ ਪ੍ਰੋਵੀਜ਼ਨਸ ਬਣ ਗਏ ਕਿਉਂ ਇਹਨਾਂ ਨੂੰ ਡਿਪਾਰਟਮੈਂਟ ਨੇ ਦੋਸ਼ੀ ਠਹਿਰਾ ਦਿੱਤਾ ਹੈਗਾ ਮੇਰੇ ਕੋ ਇੱਕ ਨਵੀਂ ਪ੍ਰੋਵੀਜ਼ਨ ਮੈਂ ਡੈਮੇਜਸ ਐਕਟ ਦੇ ਤਹਿਤ ਜਿਹੜਾ ਜਿੰਨਾ ਵੀ ਮੇਰਾ ਖਰਚਾ ਹੈ ਖਰਚੇ ਤੋਂ ਮੈਂ ਵੱਧ ਪੂਰਤੀ ਕਰਾਂਗਾ ਜੇ ਜਦ ਮੈਂ ਲੜਾਈ ਲੜਨ ਲੱਗਿਆ ਸੀ ਉਦੋਂ ਮੇਰਾ ਕੋਈ ਕੋਈ ਚਿੱਟਾ ਸੀ ਅੱਜ ਲੜਾਈ ਲੜਦੇ ਲੜਦੇ ਹੁਣ ਮੇਰਾ ਕੋਈ ਕੋਈ ਕਾਲਾ ਰਹਿ ਗਿਆਗਾ ਨਹੀਂ ਹੁਣ ਇਹਦੀ ਪਰਪਾਈ ਕਿਵੇਂ ਕਰੋਗੇ ਇਹ ਤਾਂ ਕਿਸੇ ਢੰਗ ਠੀਕ ਹੈ ਪੈਸੇ ਦੀ ਮੁਆਵਜ਼ਾ ਮਿਲ ਜੂਗਾ ਚਿੱਟੇ ਕਾਲਿਆਂ ਵਾਲਾ ਕੀ حساب ਬਣੂਗਾ ਸਰ ਪਤਾ ਹੈ ਕਿ ਮੈਂ ਬੜਾ ਮਾਨਸਿਕ ਪਰੇਸ਼ਾਨੀ ਬਹੁਤ ਸੇ ਚੱਲੀ ਹੈ ਮਾਨਸਿਕ ਪਰੇਸ਼ਾਨੀ ਚੱਲੀ ਮੈਂ ਫਾਈਨੈਂਸ਼ਲੀ ਲਾਸ ਵੀ ਬਹੁਤ ਚੱਲਿਆ ਜਦੋਂ ਕਿ ਤੇ ਵੀ ਤਰੀਕਾ ਹੁੰਦੇ ਸੀ ਇਹ ਬੰਦੇ ਤਾਂ ਔਨ ਡਿਊਟੀ ਜਾਂਦੇ ਸੀ ਇਹਨਾਂ ਨੰਨਾ ਕੋਲ ਤਾਂ ਆਪਣੇ ਵਹੀਕਲ ਹੈਗੇ ਆ ਜੇ ਕਿਸੇ ਕੋਲ ਵਹੀਕਲ ਨਹੀਂ ਤੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਤੇ ਉਹ ਫਰੀ বাস ਵਾਲੀਆਂ ਦਿੱਤੀਆਂ ਟਿਕਟਾਂ ਵੀ ਦਿੱਤੀਆਂ ਗਈਆਂ ਇਹਨਾਂ ਦੇ ਤੇ ਔਨ ਡਿਊਟੀ ਚੱਲ ਜਾਂਦੇ ਸੀ ਇਹਨਾਂ ਦੇ ਕੋਈ ਖਰਚਾ ਨਹੀਂ ਹੁੰਦਾ ਸੀ ਮੈਂ ਕਿਰਾਇਆ ਪਾੜਾ ਲਾ ਕੇ ਜਾਂਦਾ ਸੀ ਪਲੱਸ ਮੇਰੀ ਆਪਣੀ ਇੱਕ ਦਿਨ ਦੀ 2000 ਰੁਪਏ ਹੈ ਜੋ ਮੈਂ ਕੰਮ ਜਿਸ ਕੰਮ ਨਾਲ ਜੁੜਿਆ 2000 2250 ਰੁਪਏ ਰੋਜ਼ਿਕ ਮਨਾ ਮੇਰਾ ਉਹ ਵੀ ਲਾਸ ਫਾਈਨੈਂਸ਼ਲੀ ਹੁੰਦਾ ਰਿਹਾ ਹੈਗਾ ਮੈਂ ਡੈਮੇਜ ਐਕਟ ਦੇ ਤਹਿਤ 50 ਲੱਖ ਰੁਪਏ ਦਾ ਜਿਹੜਾ ਮੈਂ ਇਹਨਾਂ ਤੋਂ ਹਰਜਾਨੇ ਦੀ ਮੰਗ ਕਰਾਂਗਾ ਇਸ ਤੋਂ ਇਲਾਵਾ ਮੇਰੇ ਕੋਲ IPC ਦੇ ਤਹਿਤ ਮੇਰੇ ਕੋਲ ਰਾਈਟ ਬੰਦਾ ਵੀ ਮੈਂ ਇਹਨਾਂ ਬੰਦੇ ਦੇ ਖਿਲਾਫ ਐਫਆਈਆਰ ਦਰਜ ਕਰਾਂ ਮੈਂ ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਚਾਰਾ ਜੋਈ ਇਹ ਕਰਾਂਗਾ ਇਹਨਾਂ ਦੇ ਬੰਦੇ ਦੇ ਖਿਲਾਫ ਐਫਆਈਆਰ ਵੀ ਦਰਜ ਕਰਾਵਾਂ ਡੈਮੇਜ ਐਕਟ ਦੇ ਤਹਿਤ ਜਿਹੜੀ ਆਪਣੀ ਪ੍ਰਤੀਪੂਰਤੀ ਵੀ ਪੂਰੀ ਕਰਾਂ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਕੇਸ ਮੇਰੇ ਖਿਆਲ ਚ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਅਧਿ ਦੇ ਹੱਕਾਂ ਦੇ ਪ੍ਰਤੀ ਇੰਨੇ ਸੁਚੇਤ ਨਹੀਂ ਹੈ ਉਹਨਾਂ ਨੂੰ ਸੁਚੇਤ ਵੀ ਕਰੂਗਾ ਤੇ ਨਾਲ ਨਾਲ ਇਹ ਵੀ ਹੈ ਵੀ ਕਿ ਸ਼ਾਇਦ ਸਾਡੀ ਪੁਲਿਸ ਤੇ ਪੂਰੇ ਸਿਸਟਮ ਨੂੰ ਥੋੜਾ ਜਿਹਾ ਜਵਾਬਦੇਹ ਵੀ ਕਰੂਗਾ ਉਹ ਵੀ ਸੋ ਕੰਮ ਉਹ ਕਿਹੜੇ ਕਰਨ ਵਾਸਤੇ ਰੱਖੇ ਗਏ ਆ ਤੇ ਉਹ ਕਰ ਕੀ ਰਹੇ ਆ ਬੜਾ ਜ਼ਰੂਰੀ ਆ ਇਸ ਪੂਰੇ ਮਸਲੇ ਦੇ ਵੱਲ ਸਾਡਾ ਧਿਆਨ ਜਾਣਾ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਦ ਸਿਵੀਆ ਟੀਵੀ ਪੰਜਾਬ ਜਲਾਲਾਬਾਦ